मेरा चैलेंज है गुरु नानक देव जी तो लैके गुरु गोबिंद सिंह जी तक कभी कोई नगर कीर्तन निकलिया? जे निकलिया दस दौ असी क्यों कढ रहे हैं? गुरु नानक देव जी तो लैके गुरु गोबिंद सिंह जी तक कभी कोई खंड पाठ होया? खंड पाठ रखी साहब गुरु साहब कहिंदे ने उठदियां बैठदियां हर नाम ते आवे फुल चुकने सिखी दे विच नहीं है। ये आए कितों चीजा फिर ये यही गल हैगी है ना जी जिहड़े मैं ते कहने अकाल तख्त दी मर्यादा नूं कोई मानदा ही नहीं। अकाल तख्त ने कोशिशां नहीं कीतियां भी असीं जो लिखदे पए आ ओह चीजा लागू होण ओह भी क्यों चुप बैठे ने? मैं तुहानूं ओही कह रहा ना जी इह नलायकी आ अकाल तख्त दी। इन्हां ने की कीता? उन्हां ने हरिद्वार बना लिया, इन्हां ने भाई साहब जिहड़ा कीर्तपुर बना लिया, सारा कुछ ओही आ। क्यों नहीं भाई साहब जी अकाल तख्त के जहेदार ने आसी पीसी नूं कहा खबरदार जी इत्थे भाई साहब जी कोई इत्थे फुल तार लाया जाए इन्हां नूं भाई साहब जी कोई इहो जिही क्रिया कीती? तुसीं किन्नियां वी संस्थावां उन्हां नूं इकट्ठा कर लो उन्हां नूं कोई इक खंड पाठ रखना खंड पाठ नहीं रख सकणगे। वजह कोई कहिंदा जी कि नारियल रखना, कोई कहिंदा जी कुंभ रखना, कोई कहिंदा जी भाई साहब जी जिहड़ा हैगा है इह जोत जगाउणी आ। जोत जगाउणी या पानी का गिलास भर के रखना ये की गल्लां ने? पानी का गिलास नहीं भर के रखते जी, घड़ा भर के रखते ने उहदे उत्ते दसां नारियल रखते ने। बादल साहब गुजरे सीगे, हाँ लिखिया है कि जिहड़ा मर गया ना जी उहनूं मत्था नहीं टेकणा। सारिआं ने मत्था टेकिया, SCPC दे मैंबरां ने भी टेकिया, हरियाणा कमेटी दे मैंबरां ने भी टेकिया, पंजाब अपना श्रोमणी गुरद्वारा प्रबंधक कमेटी अमृतसर ने भी टेकिया। उत्थे ही तख्तां दे जहेदार सीगे, उत्थे ही अकाली दल दे प्रधान सीगे, उत्थे ही जनेदार सीगे, उत्थे ही जथेबंदियां सीगियां, किसे ने नहीं रोकिया। इन्हां नूं कोई है कि नहीं मर्यादा? याद नहीं बनाउणी? अच्छा यादगार नहीं बनाउणी? कोई मैं मोह नहीं बनेगा, बुत नहीं? इन्हां ने यादगारां बनातियां सारिआं दीआं। सरदार बादल किन्ने क चंगे सन ते किन्ने क माड़े सन लोकां नूं पता है, लोक सब जाणदे ने। ਕੀ ਕਹਿੰਦੇ ਹੋ ਜਥੇਦਾਰ ਜਿਹੜੇ ਅੱਜ ਕੱਲ ਨੇ ਜਾਂ ਪਹਿਲਾਂ ਵੀ ਰਹੇ ਨੌਕਰੀ ਕਰ ਰਹੇ ਨੇ, ਦਿਹਾੜੀ ਕਰ ਰਹੇ ਨੇ? 90 ਲੱਖ ਰੁਪਈਆ ਸਾਧ ਨੂੰ ਮਾਫ ਕਰਨ ਵਾਸਤੇ ਭਾਈ ਸਾਹਿਬ ਜੀ ਅਖਬਾਰਾਂ ਨੂੰ ਤੇ ਚੈਨਲਾਂ ਨੂੰ ਦੇਤਾ। ਬਾਦਲ ਪਰਿਵਾਰ ਵਾਪਸ ਕਰੇਗਾ 90 ਲੱਖ ਰੁਪਈਆ? ਉਹ ਗੁਰਬਚਨ ਸਿੰਘ ਤੇ ਬਾਕੀ ਦੇ ਜਿਹੜੇ ਜਹੇਦਾਰ ਉਹ ਵਾਪਸ ਕਰਨਗੇ 90 ਲੱਖ ਰੁਪਈਆ ਕੌਮ ਦਾ? ਅਸਲੀ ਅਕਾਲੀ ਦਲ ਬਾਦਲ ਕਿਸ ਤਰ੍ਹਾਂ ਹੈ? ਇਹਨਾਂ ਨੇ ਮੋਗੇ ਦੀ ਰੈਲੀ ਦੇ ਵਿੱਚ ਉਹਦਾ ਭੋਗ ਪਾਤਾ ਸੀਗਾ ਜਿਹੜਾ 1920 ਦਾ ਹੈਗਾ ਵਾ ਅਕਾਲੀ ਦਲ, ਉਹਨਾਂ ਨੇ ਭੋਗ ਪਾਤ। ਇਹ ਤਾਂ ਪੰਜਾਬੀ ਪਾਰਟੀ ਬਣ ਗਈ ਕਿ ਸਾਡੇ ਸਗਨਾਂ ਦੇ ਵਿੱਚ TV ਜਾਂਦੇ ਨੇ, ਫਰਿੱਜ ਜਾਂਦੇ ਨੇ, ਕਾਰਾਂ ਜਾਂਦੀਆਂ ਨੇ, ਪਰ ਰਹਿਤ ਮਰਿਆਦਾ 'ਚ ਲਿਖਿਆ ਹੈ ਕਿ 5 ਕਕਾਰ ਗੁੜ ਅਤੇ 1 ਰੁਪਈਆ ਅਤੇ ਛੁਹਾਰੇ ਬੱਚੇ ਦੀ ਝੋਲੀ ਵਿੱਚ ਪਾਉਣੇ ਨੇ। ਕਕਾਰਾਂ ਦੀ ਗੱਲ ਹੈਗੀ ਆ ਕਿ ਅਜੇ ਤੱਕ ਅਕਾਲ ਤਖ਼ਤ ਇਸ ਗੱਲ ਨੂੰ ਸਾਬਤ ਨਹੀਂ ਕਰ ਸਕਿਆ ਕਿ 5ਵਾਂ ਕਕਾਰ ਕੇਸਗਿਨੀ ਕੇਸਗੀ ਆ। ਕੇਸ ਹੈ ਉਹ ਕਕਾਰਾਂ 'ਚ ਨਹੀਂ, ਕੇਸ ਕਕਾਰ ਨਹੀਂ ਆ, ਕੇਸ ਕੀ ਕਕਾਰ ਹੈ? ਠੀਕ ਹੈ, ਮੈਂ ਅਮਰਨ ਛਕਣਾ ਹੈ, ਮੇਰਾ ਕਛਹਿਰਾ ਵੀ ਹੋਏਗਾ, ਮੇਰਾ ਕੰਘਾ ਵੀ ਹੋਏਗਾ, ਮੇਰੇ ਕੇਸ ਵੀ ਹੋਣਗੇ, ਮੇਰਾ ਕੜਾ ਵੀ ਹੋਵੇਗਾ, ਲੇਕਿਨ ਨਾ ਮੈਂ ਕੇਸ ਕੀ ਸਜਾਵਾਂਗਾ ਔਰ ਨਾ ਹੀ ਮੈਂ ਜਿਹੜਾ ਹੈਗਾ ਨਾ ਜੀ ਦਸਤਾਰ ਸਜਾਵਾਂਗਾ। ਮੈਨੂੰ ਅੰਮ੍ਰਿਤ ਛਕਾਓ, ਦੱਸੋ ਕਿੱਥੇ ਛਕਾਉਂਦੇ ਜੇ ਮੈਂ ਉਹਨੂੰ ਤਿਆਰ ਹਾਂ? ਉਹਦਾ ਜਵਾਬ ਅੱਜ ਤੱਕ ਕਿਸੇ ਨੇ ਨਹੀਂ ਦਿੱਤਾ। ਕੇਸ ਤਾਂ ਮੇਰੇ ਖਿਆਲ 'ਚ ਇੱਦਾਂ ਹੈ ਕੋਈ ਸਾਧੂ ਹੋਵੇ, ਕੋਈ ਨਾਗਾ ਸਾਧੂ ਹੋਵੇ, ਨਿਰਮਲਾ ਸਾਧੂ, ਉਹ ਵਾਲ ਨਹੀਂ ਕਟਾਏਗਾ, ਵਾਲ ਲੰਬੇ ਹੋਗੇ, ਕੇਸ ਤਾਂ ਉਹਦੇ ਵੀ ਹੋਗੇ। ਕਿ ਕੇਸਾਧਾਰੀ ਸਿੱਖ ਹੈ ਜਾਂ ਸਹਿਜਧਾਰੀ ਸਿੱਖ, ਉਹ ਤੇ ਜਿਹੜੇ ਹੈਗੇ ਜਿੰਨੇ ਵੀ ਸਾਧੂ ਨੇ ਜਿੰਨੇ ਵੀ ਸੰਤ ਨੇ ਸਾਰੇ ਕੇਸਾਧਾਰੀ ਦਾੜੀਧਾਰੀ ਨੇ, ਉਹ ਸਾਰੇ ਸਿੱਖ ਨੇ। ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਅਕਾਲ ਤਖ਼ਤ ਦੀ ਰਹਿਤ ਮਰਿਆਦਾ ਜਿਹੜੀ ਆ ਉਹਦਾ ਆਨੰਦ ਕਾਰਜ ਨਹੀਂ ਹੁੰਦਾ। ਆਨੰਦ ਕਾਰਜ ਅੰਮ੍ਰਿਤ ਵੇਲੇ ਹੋਣੇ ਚਾਹੀਦੇ ਆ, ਤੜਕੇ 5 ਵਜੇ ਤੋਂ ਜਿਹੜੇ ਸ਼ਾਮ ਨੂੰ, ਹਾਂਜੀ ਜਿਹੜੇ ਸ਼ਾਮ ਨੂੰ 4-4 ਵਜੇ ਤੱਕ ਹੁੰਦੇ ਆ। ਇਹ ਫਿਰ 12 ਵਜੇ ਵਾਲਾ 12 ਵਜੇ ਤੋਂ ਪਹਿਲਾਂ ਹੋਣੇ ਚਾਹੀਦੇ। ਮਰਵਾਹਾ ਸਾਹਿਬ ਕਿਉਂ ਨਹੀਂ ਹੋ ਸਕਦੇ? ਹਾਂ ਕਿਉਂ ਨਹੀਂ ਹੋ ਸਕਦੇ? ਹਾਂ 15 ਸੈਕਟਰ ਦੇ ਗੁਰਦੁਆਰੇ 'ਚ ਮੈਂ ਤੁਹਾਨੂੰ ਦਿਖਾ ਦੇਣਾ 10 ਜਾਂ 12 ਆਨੰਦ ਕਾਰਜ ਜਿਹੜੇ ਨੇ ਉਹ ਭਾਈ ਸਾਹਿਬ ਜੀ ਜਿਹੜਾ ਹੈਗਾ 5 ਵਜੇ ਤੋਂ ਪਹਿਲਾਂ ਹੋਏ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਿਹੜੀ ਰਹਿਤ ਮਰਿਆਦਾ ਜਾਂ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਸੀ ਉਹ ਅੱਜ ਕਾਇਮ ਹੈ? ਅਕਾਲ ਤਖ਼ਤ ਦਾ ਜਹੇਦਾਰ ਕਦੀ ਵੀ ਸੁਤੰਤਰ ਤੌਰ ਦੇ ਉੱਤੇ ਕੰਮ ਨਹੀਂ ਕਰ ਸਕੇਗਾ,
ਜਦੋਂ ਤੱਕ ਉਹ ਕਿਸੇ ਸੰਸਥਾ ਦੇ ਅਧੀਨ ਨੌਕਰੀ ਦੇ ਉੱਤੇ ਅਪੁਆਇੰਟ ਕੀਤਾ ਜਾਵੇਗਾ। ਲੱਖਾਂ ਦੇ ਤਦਾਦ ਵਿੱਚ ਛਪਾਉਂਦੀ ਆ, ਲੇਕਿਨ ਕਮਰਿਆਂ 'ਚ ਬੰਦ ਕਰਕੇ ਰੱਖਦੀ ਆ, ਕਿਸੇ ਗੁਰਦੁਆਰਾ ਸਾਹਿਬ ਜਾਂ ਹੋਰ ਕਿਤੇ ਜਿਹੜੀ ਹੈਗੀ ਆ ਉਹਨੂੰ ਇਹ ਪਹੁੰਚਾਉਂਦੀ ਨਹੀਂ। ਕਿਉਂ ਜਦੋਂ ਛਪਾ ਰਹੇ ਆ ਤਾਂ ਪ੍ਰਚਾਰ ਵੰਡਦੇ ਕਿਉਂ ਨਹੀਂ ਹੈ? ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ। ਰਹਿਤ ਮਰਿਆਦਾ, ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਨੇ ਜਦੋਂ ਅਕਾਲ ਤਖ਼ਤ ਦੀ ਸਥਾਪਨਾ ਕੀਤੀ ਸੀ, ਮੀਰੀ ਪੀਰੀ ਦੀਆਂ ਦੋ ਤਲਵਾਰਾਂ ਲਈਆਂ ਸੀ, ਤਾਂ ਉਸ ਵੇਲੇ ਅਕਾਲ ਤਖ਼ਤ ਦੀ ਸਥਾਪਨਾ ਦਾ ਮਕਸਦ ਕੀ ਸੀ? ਕਿ ਉਸ ਮਕਸਦ ਨੂੰ ਲੈ ਕੇ ਸਾਡਾ ਸਿੱਖ ਪੰਥ ਅੱਜ ਚੱਲ ਰਿਹਾ? ਆਪਾਂ ਗੱਲ ਕਰੀਏ ਹੁਣ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਲੱਗਦੇ ਆ ਰਹੇ ਨੇ, ਉਹ ਰਹਿਤ ਮਰਿਆਦਾ ਨੂੰ ਲਾਗੂ ਕਰਾਉਣ ਲਈ ਕਿੰਨੇ ਕੁ ਗੰਭੀਰ ਨੇ, ਕਿੰਨੇ ਕੁ ਸੰਵੇਦਨਸ਼ੀਲ ਨੇ? ਅਸੀਂ ਗੁਰਦੁਆਰਿਆਂ ਦੀ ਗੱਲ ਕਰੀਏ, ਖਾਸ ਕਰ ਉਹਨਾਂ ਗੁਰਦੁਆਰਾ ਸਾਹਿਬਾਨਾਂ ਦੀ ਜਿਨ੍ਹਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖ ਰਹੀ ਹੈ, ਜਾਂ ਸਿੰਘ ਸਭਾਵਾਂ ਦੇ ਗੁਰਦੁਆਰੇ, ਜਾਂ ਆਮ ਸ਼ਹਿਰਾਂ ਦੇ ਵਿੱਚ ਵਸੇ ਗੁਰਦੁਆਰੇ, ਖੈਰ ਉਹ ਵੀ ਸਿੰਘ ਸਭਾ ਦੇ ਅਧੀਨ ਹੀ ਆਉਂਦੇ ਨੇ। ਇਹਨਾਂ ਦੇ ਵਿੱਚ ਆਪਾਂ ਗੱਲ ਕਰੀਏ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ, ਆਂਡਾ ਨਾ ਖਾਂਦਾ ਹੋਵੇ, ਸ਼ਰਾਬ ਨਾ ਪੀਂਦਾ ਹੋਵੇ, ਕੇਸ ਨਾ ਕੱਟਦਾ ਹੋਵੇ, ਮਹਿੰਦੀ ਨਾ ਲਾਉਂਦਾ ਹੋਵੇ, ਭਾਵ ਵਾਲ ਨਾ ਕਾਲੇ ਕਰਦਾ ਹੋਵੇ। ਕਿ ਇਹ ਚੀਜ਼ਾਂ ਵੀ ਰਹਿਤ ਮਰਿਆਦਾ ਵਿੱਚ ਆਉਂਦੀਆਂ ਨੇ? ਆਉਂਦੀਆਂ ਨੇ ਤਾਂ ਲਾਗੂ ਹੋ ਰਹੀਆਂ ਨੇ ਕਿ ਨਹੀਂ ਹੋ ਰਹੀਆਂ? ਰਹਿਤ ਮਰਿਆਦਾ ਦੀ ਦਸ਼ਾ ਦਿਸ਼ਾ ਸਹੀ ਹੈ ਜਾਂ ਵਿਗੜੀ ਹੋਈ ਹੈ? ਇੰਪਲੀਮੈਂਟੇਸ਼ਨ ਲਾਗੂ ਕਿਉਂ ਨਹੀਂ ਹੋ ਰਹੀ? ਇਸ ਵਿਸ਼ੇ 'ਤੇ ਚਰਚਾ ਕਰਨ ਲਈ ਚੰਡੀਗੜ੍ਹ ਤੋਂ SGPC ਦੇ ਸਾਬਕਾ ਮੈਂਬਰ ਗੁਰਪ੍ਰਤਾਪ ਸਿੰਘ ਰਿਆੜ ਸਾਡੇ ਨਾਲ ਮੌਜੂਦ ਨੇ। ਗੱਲ ਕਰਦੇ ਹਾਂ ਰਿਆੜ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਿਹੜੀ ਰਹਿਤ ਮਰਿਆਦਾ ਜਾਂ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਸੀ, ਉਹ ਅੱਜ ਕਾਇਮ ਹੈ? ਨਹੀਂ ਜੀ, ਇਸ ਤਰ੍ਹਾਂ ਹੈਗਾ ਹੈ ਕਿ ਮੇਰਾ ਖਿਆਲ ਜਿੰਨਾ ਕੁ ਅਕਾਲ ਤਖ਼ਤ ਦੇ ਜਥੇਦਾਰ ਗਿਰੇ ਨੇ, ਸ਼ਾਇਦ ਆਮ ਸਿੱਖ ਵੀ ਇੰਨਾ ਨਾ ਗਿਰਿਆ ਹੋਵੇ। ਉਹਦਾ ਕਾਰਨ ਇਹ ਹੈ ਕਿ ਅਕਾਲ ਤਖ਼ਤ ਦਾ ਜਥੇਦਾਰ ਕਦੀ ਵੀ ਸੁਤੰਤਰ ਤੌਰ ਦੇ ਉੱਤੇ ਕੰਮ ਨਹੀਂ ਕਰ ਸਕੇਗਾ ਜਦੋਂ ਤੱਕ ਉਹ ਕਿਸੇ ਸੰਸਥਾ ਦੇ ਅਧੀਨ ਨੌਕਰੀ ਦੇ ਉੱਤੇ ਅਪੁਆਇੰਟ ਕੀਤਾ ਜਾਵੇਗਾ। ਇਹ ਸੰਸਥਾ ਜਿਹੜੀ ਸਾਡਾ ਜਿਹੜੀ ਰਹਿਤ ਮਰਿਆਦਾ ਹੈ, ਦੁਨੀਆ ਦੇ ਵਿੱਚ ਜਿੰਨੇ ਵੀ ਧਰਮ ਨੇ ਕਿਸੇ ਕੋਲ ਹੋਰ ਰਹਿਤ ਮਰਿਆਦਾ ਨਹੀਂ ਹੈ, ਸਾਡੇ ਕੋਲ ਰਹਿਤ ਮਰਿਆਦਾ ਹੈ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੱਖਾਂ ਦੇ ਤਦਾਦ ਵਿੱਚ ਛਪਾਉਂਦੀ ਆ, ਲੇਕਿਨ ਕਮਰਿਆਂ 'ਚ ਬੰਦ ਕਰਕੇ ਰੱਖਦੀ ਆ, ਕਿਸੇ ਗੁਰਦੁਆਰਾ ਸਾਹਿਬ ਜਾਂ ਹੋਰ ਕਿਤੇ ਜਿਹੜੀ ਹੈਗੀ ਆ ਉਹਨੂੰ ਇਹ ਪਹੁੰਚਾਉਂਦੀ ਨਹੀਂ। ਕਿਉਂ ਜਦੋਂ ਛਪਾ ਰਿਹਾ ਤਾਂ ਪ੍ਰਚਾਰ ਵੰਡਦੇ ਕਿਉਂ ਨਹੀਂ ਹੈ? ਉਹਦਾ ਇੱਕ ਰੀਜ਼ਨ ਹੈ ਕਿ ਜਿਹੜੀ ਰਹਿਤ ਮਰਿਆਦਾ ਹੈ ਉਹ ਪੰਥ ਪ੍ਰਮਾਣਿਤ ਹੈ, ਉਹ ਪੰਥ ਪ੍ਰਮਾਣਿਤ ਹੋਣ ਕਰਕੇ ਉਹਨਾਂ ਨੂੰ ਇੱਕ ਅਕਾਲ ਤਖ਼ਤ ਸਾਹਿਬ ਦੇ ਅਤੇ ਇੱਕ ਨਿਸ਼ਾਨ ਸਾਹਿਬ ਦੇ ਅਤੇ ਇੱਕ ਗ੍ਰੰਥ ਦੇ ਸਾਹਮਣੇ ਜਿਹੜਾ ਹੈਗਾ ਨਾ ਉਹਦੇ ਥੱਲੇ ਜਿਹੜਾ ਕੰਮ ਕਰਨ ਉਹ ਲਿਆਉਂਦੀ ਆ। ਲੇਕਿਨ ਜਿਹੜੀਆਂ ਸੰਸਥਾਵਾਂ ਜਿਸ ਤਰ੍ਹਾਂ ਦਮਦਮੀ ਟਕਸਾਲ ਹੈ, ਨਾਨਕ ਸਰੀਏ ਆ, ਨਿਹੰਗ ਜਥੇਬੰਦੀਆਂ ਨੇ, ਜਾਂ ਰਾਧਾ ਸੁਆਮੀ ਨੇ, ਜਾਂ ਹੋਰ ਜਿਹੜੇ ਨੇ, ਉਹ ਜਿਹੜੇ ਉਹਨਾਂ ਨੇ ਆਪੋ ਆਪਣੀਆਂ ਮਰਿਆਦਾ ਬਣਾਈਆਂ ਹੋਈਆਂ ਨੇ ਜੀ, ਔਰ ਉਹ ਆਪਣੇ ਜਵਾਨੋਂ ਦੇ ਕਹਿੰਦੇ ਨੇ ਕਿ ਅਸੀਂ ਅਕਾਲ ਤਖ਼ਤ ਨੂੰ ਬਹੁਤ ਮਹਾਨ ਮੰਨਦੇ ਹਾਂ, ਅਸੀਂ ਅਕਾਲ ਤਖ਼ਤ ਦੇ ਹਰ ਹੁਕਮ 'ਤੇ ਜਿਹੜਾ ਹੈਗਾ ਫੁੱਲ ਚੜਾਉਂਦੇ ਹਾਂ, ਪਰ ਅਕਾਲ ਤਖ਼ਤ ਨੂੰ ਉਹ ਹਮੇਸ਼ਾ ਹੀ ਅੱਖੋਂ ਪਰੋਖੇ ਕਰਕੇ ਰੱਖਦੇ ਨੇ। ਜਿਹੜੀ ਇਹ ਰਹਿਤ ਮਰਿਆਦਾ ਹੈ, ਇਹ ਸਾਰੀਆਂ ਸੰਸਥਾਵਾਂ ਸਾਰੇ ਜਿਹੜੇ ਸੀਗੇ ਇਹਨਾਂ ਦੇ ਕੋਲੋਂ, ਜਿਹੜੀਆਂ ਸੰਸਥਾਵਾਂ ਸੀ ਇਹਨਾਂ ਕੋਲੋਂ ਪ੍ਰਵਾਨਗੀ ਲੈ ਕੇ ਖਰੜਾ ਸਾਰਿਆਂ ਨੂੰ ਭੇਜ ਕੇ ਉਹਦੇ 'ਚੋਂ ਤਰੁੱਟੀਆਂ ਦੂਰ ਕਰਕੇ ਅਤੇ ਉਹਦਾ ਜਿਹੜਾ ਹੈਗਾ ਬਣਾਇਆ ਗਿਆ। ਇਹਦੇ ਵਿੱਚ ਹੈ ਕੀ ਆ, ਸਾਡੀ ਸਿੱਖ ਦੀ ਜੀਵਨ ਦੀ ਸਾਰੀ ਜਿਹੜੀ ਪ੍ਰਕਿਰਿਆ ਹੈ, ਜਿਸ ਤਰ੍ਹਾਂ ਸਿੱਖ ਨੇ ਜੀਵਨ ਜੀਣਾ ਹੈ, ਉਹ ਸਾਰਾ ਦਾ ਸਾਰਾ ਹੈ। ਸਿੱਖ ਦੇ ਜਿਸ ਵੇਲੇ ਬੱਚੇ ਨੇ ਪੈਦਾ ਹੋਣਾ, ਉਸ ਵੇਲੇ ਮਾਂ ਪਿਓ ਨੇ, ਉਹਨਾਂ ਦੇ ਰਿਸ਼ਤੇਦਾਰਾਂ ਨੇ, ਸਮਾਜ ਨੇ ਕੀ ਕਰਨਾ ਹੈ। ਉਸ ਤੋਂ ਬਾਅਦ ਜਿਸ ਵੇਲੇ ਉਹਦੀ ਸ਼ਾਦੀ ਹੋਣੀ ਆ, ਜਿਸ ਵੇਲੇ ਇਹਦਾ ਸ਼ਗਨ ਆਉਣਾ, ਤੁਹਾਨੂੰ ਮੈਂ ਮਰਵਾਹਾ ਸਾਹਿਬ ਤੁਹਾਨੂੰ ਹੈਰਾਨਗੀ ਹੋਵੇਗੀ ਜੀ ਕਿ ਸਾਡੇ ਸ਼ਗਨਾਂ ਦੇ ਵਿੱਚ TV ਜਾਂਦੇ ਨੇ, ਫਰਿੱਜ ਜਾਂਦੇ ਨੇ, ਕਾਰਾਂ ਜਾਂਦੀਆਂ ਨੇ, ਪਰ ਰਹਿਤ ਮਰਿਆਦਾ 'ਚ ਲਿਖਿਆ ਹੈ ਕਿ ਪੰਜੇ ਕਕਾਰ ਜੀ, ਗੁੜ ਅਤੇ 1 ਰੁਪਈਆ ਅਤੇ ਛੁਹਾਰੇ ਬੱਚੇ ਦੀ ਝੋਲੀ ਵਿੱਚ ਪਾਉਣੇ ਨੇ।
गुड़छुआरे वाल तो मैंने लगा कोई देखता ही नहीं होना। मतलब किन्नी सारी गल है और सादी गल है, किन्नी सारी गल है और किन्नी वधिया गल है और किन्नी साडी धीआं दे और साडे समाज दे हक विच है, उहनूं कोई भी नहीं पुछदा। ककारां दी गल हैगी आ कि अजे तक अकाल तख्त इस गल नूं साबित नहीं कर सकिया कि पंजवां ककार केसगिनी केसगी आ। गुरु साहब ने कोई जिहड़ी है जिहड़ा केस है उह ककारां च नहीं नहीं, केस ककार नहीं है, केस की ककार है। अच्छा मैं तुम दसदा हां कि मैं कितने बोलदिया होया यह कहा कि केस ककार नहीं केस की ककार है। मरवाहा साहब मैनू टैलीफोन आने शुरू हो गए, जो मोबाइल टैलीफोन नहीं सीगा, लैंडलाइन टैलीफोन सीगे, ठीक है। इत्थों तक कहा गया कि तेरे जिस तरह तेरे प्यो नूं मारिया सी इस तरह तैनू मार देंगे, तू कितना कहना भाई साहब जी गुरु साहब की जिहड़ी मर्यादा उहनूं कितना भंग कर दां। तो मैं फिर कितने उसे स्थान पर बोलदिया होया कहा कि देखो मैं अमृत छकना है, ठीक है, मैं अमृत छकना है, मेरा कशहरा भी होएगा, मेरा कंघा भी होएगा, मेरे केस भी होणगे, मेरा कड़ा भी होएगा, लेकिन ना मैं केस की सजावगा और ना ही मैं जिहड़ा हैगा ना जी दस्तार सजावगा, मैनू अमृत छकाओ दसो किछे छकाउंदे जे मैं उहनूं तैयार हाँ। उहदा जवाब अज तक किसे ने नहीं दिता। ਤੁਹਾਨੂੰ ਪਤਾ ਭਾਈ ਰਣਧੀਰ ਸਿੰਘ ਦਾ ਜਿਹੜਾ ਜਥਾ ਹੈ ਜੀ, ਉਹਦੀਆਂ ਸਾਰੀਆਂ ਬੀਬੀਆਂ ਜਿਹੜੀਆਂ ਉਹ ਕੇਸ ਕੇ ਸਜਾਉਂਦੀਆਂ ਨੇ, ਠੀਕ ਹੈ। ਇਹ ਕੇਸ ਕੇਸਾਂ ਕੇਸ ਕੀ ਤੋਂ ਕੇਸ ਕਿਤਨਾ ਹੋਏ, ਇਹ ਜਦੋਂ ਗੁਰਮੁਖ ਸਿੰਘ ਜੀ ਮੁਸਾਫਰ ਅਕਾਲ ਤਖ਼ਤ ਦੇ ਜਹੇਦਾਰ ਬਣਦੇ ਨੇ ਜੀ, ਉਹਨਾਂ ਦੀ ਜਿਹੜੀ ਧਰਮ ਪਤਨੀ ਆ ਉਹ ਕੇਸ ਕੀ ਨਹੀਂ ਸੀ ਸਿਖਾਉਂਦੀ। ਅੱਛਾ, ਇਸ ਕਰਕੇ ਉਹਨਾਂ ਨੇ ਜਿਹੜਾ ਹੈਗਾ ਇਹ ਕੇਸ ਕੇਸ ਕਰ ਦਿੱਤੇ। ਇਹ ਜਿਹੜੀ ਕੇਸ ਹੈਗੇ ਆ ਨਾ ਜੀ, ਇਹ ਤੇ ਕੁਦਰਤੀ ਦੇਣ, ਗੁਰੂ ਸਾਹਿਬ ਨੇ ਸਾਨੂੰ ਕਕਾਰਾਂ ਦੇ ਵਿੱਚ ਕੋਈ ਵੀ ਜਿਹੜੀ ਹੈਗੀ ਆ ਨਾ ਜੀ, ਸਿੱਖ ਨੇ ਕਦੀ ਵੀ ਨੰਗੇ ਸਿਰ ਨਹੀਂ ਰਹਿਣਾ, ਠੀਕ ਹੈ, ਸਿੱਖ ਨੇ ਟੋਪੀ ਨਹੀਂ ਪਾਉਣੀ, ਠੀਕ ਹੈ, ਗੁਲਾਮੀ ਦੀ ਨਿਸ਼ਾਨੀ ਆ ਜੀ। ਤੁਹਾਡੇ ਸਾਹਮਣੇ ਮਾਈਕ 'ਤੇ ਸਾਰੀ ਹੈਲਮਟ ਜਿਹੜੀ ਆ ਲੜੀ ਸੀਗੀ ਜਦੋਂ ਉਹਨਾਂ ਨੇ ਸਾਡੀ ਬੀਬੀਆਂ ਭੈਣਾਂ ਦੇ ਉੱਤੇ ਮਾਤਾਵਾਂ ਉੱਤੇ ਜਿਹੜੀ ਹੈਲਮਟ ਲਾਗੂ ਕੀਤੀ ਸੀ, ਲੋ ਟੋਪ ਦੀ ਲੜਾਈ ਜਿਹੜੀ ਲੜੀ ਸੀ। ਤੋ ਇਹ ਜਿਹੜਾ ਹੈਗਾ ਜੀ ਉਹ ਮਰਿਆਦਾ ਹੈਗੀ ਆ। ਪੰਜੇ ਜਿਹੜੇ ਕਕਾਰ ਨੇ ਉਹ ਧਾਰਨ ਕਰਨੇ ਸਿੱਖੀ ਦੇ ਵਿੱਚ ਐਂਟਰੀ ਹੈ, ਸਾਡੀ ਯੂਨੀਫਾਰਮ ਹੈ। ਤੁਸੀਂ ਸਕੂਲ 'ਚ ਦਾਖਲ ਹੁੰਦੇ ਜੇ ਤੁਹਾਨੂੰ ਯੂਨੀਫਾਰਮ ਲੱਗਦੀ ਹੈ। ਮਤਲਬ ਇਹ ਮਤਲਬ ਤੁਸੀਂ ਕਹਿੰਦੇ ਹੋ ਵੀ ਗੁਰਮੁਖ ਸਿੰਘ ਮੁਸਾਫਰ ਦੀ ਘਰ ਵਾਲੀ ਕੇਸਕੀ ਨਹੀਂ ਸਜਾਉਂਦੀ ਸੀ ਤੇ ਉਹਨਾਂ ਨੇ ਕੇਸਕੀ ਜਗ੍ਹਾ ਕੇਸਾਂ ਨੂੰ ਕਕਾਰ ਬਣਾ ਦਿੱਤਾ? ਹਾਂ ਬਿਲਕੁਲ ਜੀ। ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ? ਹੁਣ ਨਹੀਂ ਕੋਈ ਪੁੱਛਣ ਨੂੰ ਤਿਆਰ, ਸਾਡੇ ਪੰਥ ਦੇ ਪਹਿਰੇਦਾਰਾਂ ਨੇ ਮਰਵਾਹਾ ਸਾਹਿਬ ਹੁਣ ਵੀ ਕੋਈ ਪੁੱਛਣ ਨੂੰ ਤਿਆਰ ਨਹੀਂ ਆ। ਹਾਂ ਕੇਸ ਤਾਂ ਮੇਰੇ ਖਿਆਲ 'ਚ ਇੱਦਾਂ ਹੈ ਕੋਈ ਸਾਧੂ ਹੋਵੇ, ਕੋਈ ਨਾਗਾ ਸਾਧੂ ਹੋਵੇ, ਨਿਰਮਲਾ ਸਾਧੂ, ਉਹ ਵਾਲ ਨਹੀਂ ਕਟਾਏਗਾ, ਵਾਲ ਲੰਬੇ ਹੋਗੇ ਕੇਸ ਤਾਂ ਉਹਦੇ ਵੀ ਹੋਗੇ। ਇਹ ਜਿਹੜਾ ਹੈ ਨਾ ਜੀ, ਜਿਹੜਾ ਇਹ ਵਿਵਾਦ ਹੈ ਕਿ ਕੇਸਾਧਾਰੀ ਸਿੱਖ ਹੈ ਜਾਂ ਸਹਿਜਧਾਰੀ ਸਿੱਖ, ਉਹ ਤੇ ਜਿਹੜੇ ਹੈਗੇ ਜਿੰਨੇ ਵੀ ਸਾਧੂ ਨੇ ਜਿੰਨੇ ਵੀ ਸੰਤ ਨੇ ਸਾਰੇ ਕੇਸਾਧਾਰੀ ਦਾੜੀਧਾਰੀ ਨੇ, ਉਹ ਸਾਰੇ ਸਿੱਖ ਨੇ। ਇਸ ਕਰਕੇ ਦੱਸਾਂ ਨਾ ਜੀ, ਜਿਹੜੀ ਗੱਲ ਹੈਗੀ ਆ ਇਹ ਕੇਸ ਦਾੜੀ ਕੁਦਰਤੀ ਦੇਣ, ਅਸੀਂ ਕੁਦਰਤ ਨੂੰ ਕੁਛ ਨਹੀਂ ਕਰਨਾ, ਠੀਕ ਹੈ। ਮੈਂ ਸ਼ਿਮਲੇ ਲੈਕਚਰ ਦੇ ਰਿਹਾ ਸੀਗਾ ਅਤੇ ਮੈਂ ਕੇਸਾਂ 'ਤੇ ਬੋਲ ਰਿਹਾ ਸੀਗਾ ਜੀ, ਅਤੇ ਮੈਨੂੰ ਪਤਾ ਸੀ ਕਿ ਮੇਰੇ 'ਤੇ ਸਵਾਲ ਹੋਣੇ ਆ। ਮੈਂ ਜਦੋਂ ਬੋਲ ਕੇ ਹਟਿਆ ਅਤੇ ਵੈਸੇ ਸਾਡੇ ਇਹ ਰਵਾਇਤ ਨਹੀਂ ਆ, ਲੇਕਿਨ ਮੈਂ ਜਿੱਥੇ ਵੀ ਕਿਤੇ ਮੈਨੂੰ ਥੋੜ੍ਹਾ ਜਿਹਾ ਮੌਕਾ ਮਿਲਿਆ 5-4 ਮਿੰਟ ਗੱਲ ਕਰਨ ਦਾ, ਅਤੇ ਮੈਂ ਕਹਿੰਦਾ ਜੀ ਜੋ ਮੈਂ ਕਿਹਾ ਸੀ ਨਾ ਜੀ, ਜੇ ਕਿਸੇ ਨੇ ਮੇਰੇ 'ਤੇ ਸਵਾਲ ਕਰਨੇ ਆ ਤਾਂ ਸਵਾਲ ਕਰ ਲਓ, ਠੀਕ ਹੈ। ਤੋ ਉੱਥੇ ਮੇਰੇ 'ਤੇ ਸਵਾਲ ਹੋਇਆ ਕਿ ਤੁਸੀਂ ਦੱਸਿਆ ਨਾ ਜੀ, ਜੇ ਕੇਸ ਨਹੀਂ ਕੱਟਣੇ, ਕੇਸ ਨਹੀਂ ਰੰਗਣੇ, ਕੇਸ ਨਹੀਂ ਪੁੱਟਣੇ, ਕੇਸ ਨਹੀਂ ਸਾੜਨੇ, ਦਾੜਾ ਨਹੀਂ ਸਾੜਨਾ, ਇਹ ਕੇਸ ਹੈ, ਇਹ ਜਿਹੜੇ ਕਕਾਰ ਹੈ, ਇਹ ਜਿਹੜੇ ਨਾ ਜੀ ਇਹ ਰੂਮ ਹੈ, ਇਹ ਜਿਹੜੇ ਆ ਰੂਮ ਹੈ, ਇਹ ਰੂਮ ਆ, ਇਹ ਰੂਮ ਆ, ਇਹ ਕੇਸ ਨਹੀਂ ਹੈ, ਠੀਕ ਹੈ, ਕੇਸ ਸਿਰਫ ਸਿਰ ਦੇ ਉੱਪਰ ਆ, ਠੀਕ ਹੈ, ਬਾਕੀ ਸਾਰੇ ਰੂਮ ਹੈ, ਠੀਕ ਹੈ। ਆਮ ਭਾਸ਼ਾ 'ਚ ਕਹੀਏ ਵਾਲ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਗੁਰਮੁਖ ਰੂਮ ਰੂਮ ਹਰ ਧਿਆਵੇ, ਜਿਹੜਾ ਗੁਰਮੁਖ ਆ ਉਹਦੇ ਰੋਮ ਰੋਮ ਦੇ ਵਿੱਚੋਂ ਵਾਹਿਗੁਰੂ ਨੂੰ ਸਤਨਾਮ ਵਾਹਿਗੁਰੂ ਨਿਕਲਦਾ, ਠੀਕ ਹੈ। ਤੂੰ ਇਸ ਕਰਕੇ ਦੱਸਿਆ ਨਾ ਜੀ, ਜਿਹੜਾ ਇਹ ਹੈਗਾ ਹੈ, ਤੋ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੈਂ ਤੁਸੀਂ ਮੈਂ ਜਦੋਂ ਆਪਣਾ ਇਹ ਬੰਦ ਕਰ ਦਿਆਂਗਾ ਸਾਰਾ ਕੁਛ, ਮੈਂ ਤੁਹਾਡੀ ਗੱਲ ਦਾ ਜਵਾਬ ਜਿਹੜਾ ਪ੍ਰੈਕਟੀਕਲੀ ਦਿਆਂਗਾ। ਮੈਂ ਨੇਲ ਕਟਰ ਲਿਆ ਜੀ ਔਰ ਇੱਕ ਨੂੰ ਸੱਜ ਕੇ ਸਿੰਘ ਨੂੰ ਮੈਂ ਕਿਹਾ ਜੀ ਆਹ ਦੇਰਾ ਦੇਰਾ ਨਹੁੰ ਕੱਟ ਦਿੰਦਾ ਮੈਂ। ਮੈਂ ਜਾਣ ਕੇ ਜਿੱਥੇ ਕੱਚਾ ਨਹੁੰ ਸੀ ਨਾ ਜੀ, ਉਹਨੂੰ ਦਬਾ ਦਿੱਤਾ ਤਾਂ ਉਹ ਕਹਿੰਦਾ ਜੀ ਤਕਲੀਫ ਹੋਈ ਆ। ਮੈਂ ਉਹਦੇ ਬਾਕੀ ਦੇ ਜਿਹੜੇ 4-5 ਨਹੁੰ ਸੀ ਉਹ ਕੱਟ ਦਿੱਤੇ। ਮੈਂ ਕਿਹਾ ਕੋਈ ਤਕਲੀਫ ਹੋਈ? ਕਹਿੰਦਾ ਨਹੀਂ। ਮੈਂ ਕਿਹਾ ਜਿਹੜਾ ਡੈੱਡ ਹੈਗਾ ਨਾ ਜੀ, ਜਿਹੜਾ ਮਰਿਆ ਹੋਇਆ ਨਹੁੰ, ਅਸੀਂ ਉਹਨੂੰ ਲਾਉਂਦੇ ਹਾਂ।
जूंडे नूं नहीं, जिहड़े मतलब केस हैगे आ असीं कटदे नहीं। इह कंघा जदों असीं साफ करदे आ जिहड़े केस जिहड़े साडे डैड हो चुके हुंदे आ उह कंघे दे विचों जिहड़े हैगे आ निकलदे आ। बिल्कुल ठीक। इस करके दस्सां ना जी जिहड़ा इह हैगा साडी मर्यादा है। फिर उस तों बाद आनंद कारज दी मर्यादा है। किसी गुरद्वारा साहब दे विच अकाल तख्त की रहत मर्यादा जिहड़ी आ उहदा आनंद कारज नहीं हुंदा। उह की है मर्यादा दस दो। गल इह हैगी आ जी जिहड़ियां लावां ने सूही राग च ने, किसी भी तुसी रागी नूं किसी भी तुसी भाई साहब जी जिहड़ा संगीत का माहिर है जिन्हों रागां बारे ज्ञान है उन्हों पुछ लो ये प्रभाती राग है। तो प्रभात सवेरे 5 बजे खत्म हो जाती है, दिन चढ़ जाता। जिहड़ा ये जिहड़ा राग आ इहनू गाउणा जिहड़ा इहनू जिहनू जिहड़ा हैगा सुनना इहनू पढ़ना इहनू जिहड़ा हैगा ना जी ये 5 बजे तों पहलां दा समां जिस तरह असीं कासा जिही वार लाउंदे आ कि अमृत वेला कह सकते हैं अमृत वेले जी। आनंद कारज अमृत वेले होने चाहिए आ तड़के 5 बजे तों जिहड़े शाम नूं, हाँ जी जिहड़े शाम नूं 4-4 बजे तक हुंदे आ। इह फिर 12 बजे वाला टाइम कित्थों आ गया, 12 बजे तों पहलां होने चाहिए। मरवाहा साहब क्यों नहीं हो सकदे, क्यों नहीं हो सकदे? 15 सेक्टर के गुरुद्वारे से मैं तुम दिखा देना 10 या 12 आनंद कारज जिहड़े ने वो भाई साहब जी जिहड़ा हैगा 5 बजे तो पहला होए ने। अज भी असीं 15 सेक्टर के गुरुद्वारा साहब च 12 बजे तो पहला आनंद कारज करते। अच्छा 12 बजे वाला टाइम फिर कितना आ गया जे पहला करते हैं? नहीं ये टाइम किन्ने तक इस करके भी हौली हौली असीं 5 वाले पासे नूं आवांगे। अच्छा हौली हौली स्टैप बाई स्टैप। ठीक है जे 5 बजे साढ़े कई आनंद कारज जिहड़े आ ना जी वो कैंसल हुंदे ने इसे करके कि असीं भाई साहब जी आने भी असीं 12 बजे तो पहला प्रसाद वरतार देना। ठीक है। और असीं जिहड़ियां लावां है वह किस तरह करते हैं जो रहत मर्यादा च कि जिहड़ा बेटा ते बेटी है उन्हां दोवां ने आउणा है, मत्था टेकना है। भाई साहब ने अरदास करन तो बाद हुक्मनामा लैण तो बाद भाई साहब ने लां दा पाठ शुरू करना। ठीक है। उन्होंने मत्था टेकना, खड़े हो जाना हाथ जोड़ के, लावां दा पाठ खड़े होकर सुनना, बैठना नहीं है ना, मर्यादा जी नहीं है। ठीक है। फिर यह हैगा कि मतलब जदों लां खत्म हो रही रागियां ने उस लां दा अलापना शुरू करना है। ठीक है। जोड़े ने मत्था टेकना है तो गुरु साहबान की परिक्रमा करनी है। ठीक है। आके फिर अपनी जगह पर खड़े होकर मत्था टेक के अपने मत्था टेक के फिर हाथ जोड़ के खड़े होना, मतलब बहना बिल्कुल नहीं ना, बहना चौथी लां तो बाद है समाप्ति से। हाँ जी। अच्छा चौथी लां तो बाद है। और फिर उस की हैगा कि गुरु महाराज असी तुहाडा हुक्म सुन लिया, मत्था टेकया, असी इनू प्रवान करते हैं, असी अपने जीवन च ढालांगे। और फिर असी घट्टो घट अद्धा घंटा 4 लावां की कथा कराने, 4 लावां च गुरु साहब ने सानू की कहा। ठीक है। एक्चुअल च लावां दुनियावी लावां नहीं है, ये लावां मरण तो बाद जो परमात्मा आत्मा ने परमात्मा ना मिलना ना जी, ये वो लावां ने जिन्हां नू असी लोकल लावां बना लिया। ठीक है। और अं 4 बजे 5-5 बजे पैसों की खातर जरा ना जी आनंद कारज करी जाने। ठीक है। ये सारा कुछ जरा अच्छा उस तो बाद जरा है मृतक संस्कार हैगा जी। मृतक संस्कार के कि बिल्कुल जी जरा आदमी प्राण छड़ गया उन्हों इशनान करा, इशनान करा के कपड़े पा देने, कपड़े पा के अर्थी तैयार करनी है, अरदासा सोधना, अरदासा सोध के तुर पैना है। अगर रस्ता बहुत दूर है तो रस्ते च बेशक रख के सह लैना। अच्छा। अगर दूर नहीं है तो किसी जगह से नहीं रखना, ना भांडा भनना है, ना पेड़े बखने हैं, ना दीवे जगाने हैं, ना काना रखना है। उन्होंने जाके सीधा जिहड़ा हैगा है जिहड़ी असी अंगीठा बनाया हुंदा उहदे उत्ते रख के लकड़ां दा जिहड़ा हैगा सारा इंतजाम करके अरदासा सोधना, अरदासा सोधन तो बाद उन्हों अगन भेट कर देना। ठीक है। अगन भेट करन तो बाद असी दिन नियत करना है कि किस दिन असी अंगीठे की संभाल, फुल चुगने सिक्खी दे विच नहीं है। ये आए कितों चीजा फिर? यही गल हैगी है ना जी, जिहड़े मैं ते कहने अकाल तख्त की मर्यादा नूं कोई मानदा ही नहीं। अकाल तख्त ने कोशिशां नहीं कीतियां भी असी जो लिखदे पए आ उह चीजां लागू होण, उह वी क्यों चुप बैठे ने? मैं तुहानूं उही कह रहा ना जी, इह नलायकी आ अकाल तख्त दी।
ਤੇ ਅਕਾਲ ਤਖਤ ਦੇ ਜਾਇਦਾਦ ਦੀ ਮੈਂ ਮਾਫ ਕਰਦਾ ਮੈਂ ਅਕਾਲ ਤਖਤ ਸਾਹਿਬ ਨੂੰ ਕੋਈ ਗੱਲ ਕਹਿਤੀ ਆ ਮੈਂ ਆਪਣੀ ਹੱਥ ਜੋੜ ਕੇ ਮਾਫੀ ਮੰਗਣਾ ਅਕਾਲ ਤਖਤ ਸਾਹਿਬ ਦੇ ਜਹੇਦਾਰ ਦੇ ਜਿਹੜੀ ਆ ਨਾ ਜੀ ਇਹ ਨਲਾਇਕੀ ਆ ਕਿ ਉਹ ਇਹਨੂੰ ਲਾਗੂ ਨਹੀਂ ਕਰਾ ਸਕਿਆ ਅੱਗੇ ਮੈਂ ਚੱਲਦਾ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਜਿਹੜਾ ਦਿਨ ਨੀਅਤ ਹੋਵੇ ਜਿਹੜੇ ਵੀ ਕੋਈ ਆ ਸਕਦੇ ਨੇ ਉੱਥੇ ਆ ਕੇ ਸਾਰਾ ਜਿਹੜਾ ਅੰਗੀਠਾ ਹੈ ਰਾਗ ਸਮੇਤ ਸਾਰਾ ਇਕੱਠਾ ਕਰਨਾ ਹੈ ਨੀਅਰੈਸਟ ਜਿਹੜਾ ਪਾਣੀ ਆ ਜਿਸ ਤਰ੍ਹਾਂ ਸਾਨੂੰ ਘੱਗਰ ਬਹੁਤ ਨੇੜੇ ਆ ਕਿਸੇ ਨੂੰ ਨਹਿਰ ਨੇੜੇ ਹੋ ਸਕਦੀ ਕਿਸੇ ਨੂੰ ਦਰਿਆ ਨੇੜੇ ਹੋ ਸਕਦਾ ਕਿਸੇ ਨੂੰ ਛੱਪੜ ਨੇੜੇ ਹੋ ਸਕਦਾ ਉਹਦੇ ਵਿੱਚ ਜਲ ਪ੍ਰਵਾਹ ਕਰ ਦੇਣਾ ਅਰਦਾਸ ਕਰਕੇ ਜਲ ਪ੍ਰਵਾਹ ਕਰ ਦੇਣਾ ਠੀਕ ਹੈ ਜੇ ਫਰਜ਼ ਕੀਤਾ ਰਹਿਤ ਮਰਿਆਦਾ ਕਹਿੰਦੇ ਜੀ ਕਿ ਤੁਹਾਡਾ ਜਲ ਬਹੁਤ ਦੂਰ ਹੈ ਅਤੇ ਫਿਰ ਜ਼ਮੀਨ ਨੂੰ ਖੱਡਾ ਖੋਦਣਾ ਉਹਦੇ ਵਿੱਚ ਉਹ ਸਾਰੀ ਜਿਹੜੀ ਹੈਗੀ ਹੈ ਸਮੱਗਰੀ ਉਹਨੂੰ ਰੱਖ ਕੇ ਜ਼ਮੀਨ ਨੂੰ ਬਰਾਬਰ ਕਰ ਦੇਣਾ ਠੀਕ ਹੈ ਤਾਂ ਕਿ ਕਿਸੇ ਕਿਸਮ ਦਾ ਕੋਈ ਖਰਚ ਨਾ ਹੋਵੇ ਕਿਸੇ ਕਿਸਮ ਦੀ ਕੋਈ ਭਾਈ ਸਾਹਿਬ ਜੀ ਤੁਹਾਡਾ ਐਕਸੀਡੈਂਟ ਨਾ ਹੋਵੇ ਇਹਨਾਂ ਨੇ ਕੀ ਕੀਤਾ ਉਹਨਾਂ ਨੇ ਹਰਿਦੁਆਰ ਬਣਾ ਲਿਆ ਇਹਨਾਂ ਨੇ ਭਾਈ ਸਾਹਿਬ ਜਿਹੜਾ ਕੀਰਤਪੁਰ ਬਣਾ ਲਿਆ ਸਾਰਾ ਕੁਛ ਉਹੀ ਆ ਕਿਉਂ ਨਹੀਂ ਭਾਈ ਸਾਹਿਬ ਜੀ ਅਕਾਲ ਤਖਤ ਦੇ ਜਹੇਦਾਰ ਨੇ ਐਸਜੀਪੀਸੀ ਨੂੰ ਕਿਹਾ ਖਬਰਦਾਰ ਜੇ ਇੱਥੇ ਭਾਈ ਸਾਹਿਬ ਜੀ ਕੋਈ ਇੱਥੇ ਫੁੱਲ ਤਾਰ ਲਾਇਆ ਜਾਂ ਇਹਨਾਂ ਨੂੰ ਭਾਈ ਸਾਹਿਬ ਜੀ ਕੋਈ ਇਹੋ ਜਿਹੀ ਕਿਰਿਆ ਕੀਤੀ ਤੇ ਕਿਉਂ ਨਹੀਂ ਰੋਕਿਆ ਗਿਆ ਇਹ ਸਵਾਲ ਆ ਪੰਥ ਦੇ ਅੱਗੇ ਰਹਿਤ ਮਰਿਆਦਾ ਥੋੜਾ ਖੁੱਲ੍ਹ ਕੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਿਸ ਟਾਈਮ ਇਹ ਹੋਂਦ ਚ ਆਈ ਸੀ ਮੈਂ ਸਾਡੇ ਗੁਰੂਆਂ ਦੇ ਕਾਰਜਕਾਲ ਚ ਆ ਗਈ ਸੀ ਮੈਂ ਟਾਈਮ ਦੇਖ ਕੇ ਦੱਸ ਸਕਦਾ ਜੀ ਇਸ ਵੇਲੇ ਨਹੀਂ ਨਹੀਂ ਗੁਰੂਆਂ ਦੇ ਕਾਰਜਕਾਲ ਚ ਆ ਗਈ ਸੀ ਨਹੀਂ ਗੁਰੂਆਂ ਦੇ ਕਾਲ ਚ ਨਹੀਂ ਆਈ ਕਿਹੜੇ ਕਾਲ ਚ ਆਈ ਕਿੰਨੇ ਸਾਲਾਂ ਬਾਅਦ ਇਹ ਮੇਰਾ ਖਿਆਲ ਮੰਤਾਂ ਦੇ ਜਦੋਂ ਐਸਜੀਪੀਸੀ ਬਣਦੇ ਅੱਗੇ ਪਿੱਛੇ ਹੀ ਆਈ ਹੈ ਜਾਂ 1920-25 ਦਾ ਮਤਲਬ ਹਾਂਜੀ ਉਸ ਵੇਲੇ ਆਈ ਹੈ ਐਸਜੀਪੀਸੀ ਵੇਲੇ ਆਈ ਹੈ ਮੇਰਾ ਖਿਆਲ ਆ ਅੱਛਾ ਮਤਲਬ ਇਹ ਤੁਹਾਡੇ ਸਾਡੇ ਵਰਗਿਆਂ ਦੀ ਲਿਖੀ ਹੋਈ ਹੈ ਹਾਂ ਮੈਂ ਐਵੇਂ ਗਲਤ ਕੋਟ ਕਰਦੇ ਉਹਦਾ ਕੋਈ ਫਾਇਦਾ ਨਹੀਂ ਆ ਠੀਕ ਹੈ ਕੋਈ ਸਰੋਤੇ ਸੁਣ ਰਹੇ ਆ ਹਾਂਜੀ ਤੇ ਗਲਤ ਕਹਿਣਾ ਜਿਹੜਾ ਉਹ ਗਲਤ ਹੈਗਾ ਮੈਨੂੰ ਨਹੀਂ ਉਹਦੀ ਡੇਟ ਪੱਕਾ ਨਹੀਂ ਪਤਾ ਲੇਕਿਨ ਰਹਿਤ ਮਰਿਆਦਾ ਨੇ ਡੇਟ ਲਿਖੀ ਹੋਈ ਆ ਠੀਕ ਹੈ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਅਖੰਡ ਪਾਠ ਸਹਿਜ ਪਾਠ ਕਿਸ ਤਰ੍ਹਾਂ ਸ਼ੁਰੂ ਕਰਨਾ ਕਿੱਦਾਂ ਉਹਦਾ ਅੱਧ ਹੈ ਮੱਧ ਹੈ ਕਿੱਦਾਂ ਭਾਈ ਸਾਹਿਬ ਜੀ ਉਹਦੀ ਸਮਾਪਤੀ ਕਰਨੀ ਆ ਸੰਪੂਰਨਤਾ ਉਹ ਸਾਰਾ ਕੁਛ ਜਿਹੜਾ ਨਾ ਜੀ ਉਸ ਰਹਿਤ ਮਰਿਆਦਾ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਤੁਸੀਂ ਜਿੰਨੀਆਂ ਵੀ ਸੰਸਥਾਵਾਂ ਉਹਨਾਂ ਨੂੰ ਇਕੱਠਾ ਕਰ ਲਓ ਉਹਨਾਂ ਨੂੰ ਕਹੋ ਜੀ ਇੱਕ ਅਖੰਡ ਪਾਠ ਰੱਖਣਾ ਅਖੰਡ ਪਾਠ ਨਹੀਂ ਰੱਖ ਸਕਣਗੇ ਵਜ੍ਹਾ ਕੋਈ ਕਹਿੰਦਾ ਜੀ ਕਿ ਨਾਲੀਅਰ ਰੱਖਣਾ ਕੋਈ ਕਹਿੰਦਾ ਜੀ ਕੁੰਭ ਰੱਖਣਾ ਕੋਈ ਕਹਿੰਦਾ ਜੀ ਭਾਈ ਸਾਹਿਬ ਜੀ ਜਿਹੜਾ ਹੈਗਾ ਹੈ ਇਹ ਜੋਤ ਜਗਾਉਣੀ ਆ ਜੋਤ ਜਗਾਉਣੀ ਜਾਂ ਉਹ ਪਾਣੀ ਦਾ ਗਲਾਸ ਭਰ ਕੇ ਰੱਖਣਾ ਇਹ ਕੀ ਗੱਲਾਂ ਨੇ ਪਾਣੀ ਦਾ ਗਲਾਸ ਨਹੀਂ ਭਰ ਕੇ ਰੱਖਦੇ ਜੀ ਘੜਾ ਭਰ ਕੇ ਰੱਖਦੇ ਨੇ ਉਹਦੇ ਉੱਤੇ ਦੱਸਣਾ ਨਾਰੀਅਲ ਰੱਖਦੇ ਨੇ ਕਈ ਤਾਂ ਖਾਲੀ ਗਲਾਸ ਵੀ ਰੱਖਦੇ ਸੀਗੇ ਭਰ ਕੇ ਦੇਖੇ ਪਤਾ ਨਹੀਂ ਮੈਂ ਖਾਲੀ ਗਲਾਸ ਮੈਂ ਤੇ ਆਪਣੀ ਜ਼ਿੰਦਗੀ ਉਹ ਤਰਕ ਜੋ ਅਸੀਂ ਸੁਣਦੇ ਹਾਂ ਪਤਾ ਕੀ ਹੁੰਦਾ ਮੈਂ ਮਰਵਾਹਾ ਸਾਹਿਬ ਖਾਲੀ ਗਲਾਸ ਹੁਣ ਤੱਕ ਨਹੀਂ ਖਾਲੀ ਨਹੀਂ ਭਰਿਆ ਗਲਾਸ ਹੈ ਮਤਲਬ ਇੱਕ ਗਲਾਸ ਉਹ ਜੋ ਅਸੀਂ ਸੁਣਦੇ ਹਾਂ ਤਰਕ ਨਾ ਜੋ ਮੇਰੀ ਜਾਣਕਾਰੀ ਹੈ ਤੁਸੀਂ ਦੱਸਿਓ ਸਹੀ ਹੈ ਗੱਲ ਮੈਂ ਨਹੀਂ ਜੀ ਬਿਲਕੁਲ ਇਹਦਾ ਹੈਗਾ ਪ੍ਰਸ਼ਾਦ ਕਿਸ ਤਰ੍ਹਾਂ ਬਣਾਉਣਾ ਹੈ ਹਾਂਜੀ ਇੱਥੋਂ ਤੱਕ ਉਹਦੇ 'ਚ ਮੈਂਸ਼ਨ ਹੈਗਾ ਪ੍ਰਸ਼ਾਦ ਕਿਸ ਤਰ੍ਹਾਂ ਬਣਾਉਣਾ ਅੱਛਾ ਜੋ ਵੈਸੇ ਸੁਣਦੇ ਹਾਂ ਕਹਿੰਦੇ ਜੀ ਪੁਰਾਣੇ ਟਾਈਮ 'ਚ ਲਾਈਟ ਨਹੀਂ ਹੁੰਦੀ ਸੀ ਜਦੋਂ ਇਸ ਕਰਕੇ ਦੱਸਾਂ ਨਾ ਜੀ ਜਿਹੜਾ ਤੁਸੀਂ ਕਹਿੰਦੇ ਜੇ ਨਾ ਜੀ ਜੋਤ ਗੁਰੂ ਸਾਹਿਬ ਕਹਿੰਦੇ ਜਾਗਤ ਜੋਤ ਜਪੇ ਨਿਸ ਪਾਸਰ ਏਕ ਬਿਨਾ ਮਨ ਏਕ ਨਾ ਆਨਾ ਇਹ ਜਾਗਤ ਜੋਤ ਦੇ ਅੱਗੇ ਦੀਵੇ ਅੱਗੇ ਦੀਵਾ ਜਗਾਉਣਾ ਕਿੱਧਰ ਦੀ ਗੱਲ ਆ ਨਹੀਂ ਇਹ ਤਾਂ ਫਿਰ ਕਈ ਗੁਰਦੁਆਰਿਆਂ 'ਚ ਇਹ ਉਸ ਵੇਲੇ ਦੇ ਸਮੇਂ ਦੀ ਗੱਲ ਆ ਮਰਵਾਹਾ ਸਾਹਿਬ ਜਿਹਨੂੰ ਲਾਈ ਬਿਜਲੀ ਹੈ ਨਹੀਂ ਸੀਗੀ ਜਦੋਂ ਬਾਕੀ ਸਾਰਾ ਕੁਛ ਨਹੀਂ ਸੀ ਹੈਗਾ ਉਦੋਂ ਲੋਕ ਜੋਤ ਜਗਾਉਂਦੇ ਸੀਗੇ ਉਦੋਂ ਲੋਕ ਦੀਵਾ ਵੀ ਬਾਲਦੇ ਸੀ ਉਦੋਂ ਲੋਕ ਲੈਂਪ ਵੀ ਬਾਲਦੇ ਸੀਗੇ ਹਾਂਜੀ ਜਦੋਂ ਹੁਣ ਸਾਡੇ ਕੋਲ ਜਿਹੜਾ ਮਾਡਰਨ ਸਾਰਾ ਕੁਛ ਆ ਗਿਆ ਤੇ ਫਿਰ ਉਹਦਾ ਕੀ ਮਤਲਬ ਹੈਗਾ ਅਸੀਂ ਧੂਫ ਦੇ ਉੱਤੇ ਹੱਥ ਦੇ ਕੇ ਐਂ ਕਰਕੇ ਮੱਥੇ ਨੂੰ ਲਾਈ ਜਾਂਦੇ ਹਾਂ ਅਸੀਂ ਤੇ ਪੁਜਾਰੀ ਆ ਸ਼ਬਦ ਦੇ ਸ਼ਬਦ ਗੁਰੂ ਅਸੀਂ ਸ਼ਬਦ ਗੁਰੂ ਆ ਸਾਡਾ ਹਾਂਜੀ ਸ਼ਬਦ ਦਾ ਮਤਲਬ ਗਿਆਨ ਹੈ ਹੁਣ ਅਸੀਂ ਸ਼ਬਦਾਂ ਨਾਲ ਹੀ ਗੱਲ ਕਰ ਰਹੇ ਹਾਂ ਨਾ ਜੀ ਆਪਸ ਦੇ ਵਿੱਚ ਬਿਲਕੁਲ ਠੀਕ ਇਸ ਕਰਕੇ ਦੱਸਾਂ ਮੈਂ ਜੀ ਜਿਹੜੀ ਰਹਿਤ ਮਰਿਆਦਾ ਹੈ ਇਹਨੂੰ ਅਗਰ ਲਾਗੂ ਕਰ ਦਿੱਤਾ ਜਾਵੇ ਤੇ ਬਹੁਤ ਸਾਰੀਆਂ ਸਮੱਸਿਆ ਜਿਹੜੀਆਂ ਸਿੱਖ ਜਗਤ ਦੇ ਵਿੱਚ ਹੈਗੀਆਂ ਉਹਨਾਂ ਨੂੰ ਛੱਡਿਆ ਜਾਵੇਗਾ ਜਿਹੜੀ ਸਾਡੀ ਸਾਡਾ ਜਿਹੜਾ ਮਤਲਬ ਮੈਰਿਜ ਐਕਟ ਹੈ ਸਿੱਖ ਮੈਰਿਜ ਐਕਟ ਉਹਦੇ ਵਿੱਚ ਮਰਵਾਹਾ ਸਾਹਿਬ ਤੁਹਾਨੂੰ ਪਤਾ ਹੋਣਾ ਚਾਹੀਦਾ ਤਲਾਕ ਨਾਂ ਦਾ ਸ਼ਬਦ ਹੀ ਨਹੀਂ ਹੈਗਾ ਉਹਨੂੰ ਲਾਗੂ ਨਹੀਂ ਹੋਣ ਦਿੰਦੇ ਆਨੰਦ ਮੈਰਿਜ ਐਕਟ ਜਿਹੜਾ ਹਾਂਜੀ ਚੰਡੀਗੜ੍ਹ 'ਚ ਲਾਗੂ ਨਹੀਂ ਆ ਛੱਡੋ ਪੰਜਾਬ 'ਚ ਲਾਗੂ ਨਹੀਂ ਆ ਬਾਕੀ ਸਟੇਟਾਂ ਕਈਆਂ 'ਚ ਹੈਗਾ ਨਹੀਂ ਤਲਾਕ ਦਾ ਸ਼ਬਦ ਨਹੀਂ ਆ ਉਹਦੇ 'ਚ ਤੁਹਾਡੇ ਸਾਹਮਣੇ ਜਿਹੜਾ ਸਾਡੇ ਆਪਣਾ ਚੇਅਰਮੈਨ ਸਾਹਿਬ ਨੇ ਲਾਲਪੁਰਾ ਸਾਹਿਬ ਉਹ ਕਹਿ ਕੇ ਗਏ ਨੇ ਚੰਡੀਗੜ੍ਹ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਇਕਬਾਲ ਸਿੰਘ ਲਾਲਪੁਰਾ ਇਹ ਜਿਹੜਾ ਹੈਗਾ ਇਹ ਮੈਰਿਜ ਐਕਟ ਹੀ ਨਹੀਂ ਇਸ ਲਾਗੂ ਹੋਇਆ ਅਤੇ ਬਾਕੀ ਸਰਕਾਰਾਂ ਕੀ ਕਰਦੀਆਂ ਨੇ ਅਕਾਲ ਤਖਤ ਕੀ ਕਰਦਾ ਹੈ ਬਾਕੀ ਜਹੇਦਾਰ ਕੀ ਕਰਦੇ ਨੇ ਇਹ ਤਾਂ ਜਹੇਦਾਰ ਦੱਸਾਂ ਨਾ ਜੀ ਡੰਗ ਟਪਾਓ ਝੱਟ ਨਗਾਓ ਜਿਹੜੀ ਹੈ ਨਾ ਜੋ ਨੀਤੀ ਦੇ ਉੱਤੇ ਚੱਲਦੇ ਨੇ ਕੀ ਮਜਬੂਰੀ ਕੀ ਹੈ ਇਹਨਾਂ ਦਾ ਡਿਊਟੀ ਇਹੀ ਹੈ ਇਹਨਾਂ ਦੀ ਤਾਂ ਵੀ ਰਹਿਤ ਮਰਿਆਦਾ ਲਾਗੂ ਕਰਵਾਓ ਪਰ ਕਰਦੇ ਕੀ ਪਏ ਹੈ
ਜੀ ਤੁਸੀਂ ਮੇਰੀ ਗੱਲ ਨਹੀਂ ਸਮਝਦੇ। ਮਰਵਾਹ ਸਾਹਿਬ ਮੈਨੂੰ ਦੱਸੋ ਤੁਸੀਂ, ਮੇਰਾ ਚੈਲੰਜ ਹੈ ਜਿਹੜਾ ਐਕਸੈਪਟ ਕਰੇ ਟੀਵੀ ਦੇ ਉੱਤੇ ਆ ਕੇ ਬਹਿ ਜਾਵੇ, ਮੈਨੂੰ ਸੱਦ ਲਵੇ, ਸੰਗਤ ਦੇ ਵਿੱਚ ਬੈਠ ਜਾਵੇ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਦੀ ਕੋਈ ਨਗਰ ਕੀਰਤਨ ਨਿਕਲਿਆ? ਜੇ ਨਿਕਲਿਆ ਤਾਂ ਦੱਸ ਦਿਓ, ਅਸੀਂ ਕਿਉਂ ਕੱਢ ਰਹੇ ਹਾਂ? ਗੁਰੂ ਦੀ ਸੋਚ ਦੇ ਉਲਟ ਆਏ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਦੀ ਕੋਈ ਖੰਡ ਪਾਠ ਹੋਇਆ? ਨਹੀਂ। ਇਹਨਾਂ ਜਦੋਂ ਇਹਨਾਂ ਦੇ ਪ੍ਰਕਾਸ਼ ਪੁਰਬ ਆਉਂਦੇ ਉਦੋਂ ਖੰਡ ਪਾਠ ਰੱਖੀ ਜਾਂਦੇ। ਮਰਵਾਹਾ ਸਾਹਿਬ ਗੁਰੂ ਸਾਹਿਬ ਕਹਿੰਦੇ ਨੇ ਉੱਠਦਿਆਂ ਬੈਠਦਿਆਂ ਹਰ ਨਾਮ 'ਤੇ ਆਵੇ। ਜਦੋਂ ਖੰਡ ਪਾਠ ਹੋਇਆ ਨਾ ਜੀ, ਉਦੋਂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕਰਨ ਜਾਣਾ ਸੀ। ਬਾਬਾ ਦੀਪ ਸਿੰਘ ਜੀ ਨੇ ਇੱਕ ਲਾਈਨ ਖਿੱਚੀ ਸੀ ਸਾਬੋ ਕੀ ਤਲਵੰਡੀ, ਕਿ ਜਿਨ੍ਹਾਂ ਨੇ ਪ੍ਰਸ਼ਾਦੇ ਛਕਣੇ ਉਹ ਇੱਧਰ ਰਹਿ ਜਾਓ, ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕਰਨੀਆਂ ਇੱਧਰ ਆ ਜਾਓ। ਉਦੋਂ ਉਹਨਾਂ ਨੂੰ ਟਾਈਮ ਦਿੱਤਾ ਗਿਆ ਸੀਗਾ, ਔਰ ਉਹ ਟਾਈਮ ਇੰਨਾ ਹੀ ਸੀਗਾ ਕਿ ਸਿੱਖ ਨੇ ਕਿਹਾ ਮੈਂ ਮੁੜ ਕੇ ਜੇ ਭਾਈ ਸਾਹਿਬ ਜੀ ਗੁਰੂ ਦੇ ਚਰਨਾਂ 'ਚ ਨਹੀਂ ਆ ਸਕਣਾ, ਗੁਰੂ ਦੇ ਦਰਸ਼ਨ ਨਹੀਂ ਕਰ ਸਕਣੇ, ਗੁਰੂ ਦਾ ਭਾਈ ਸਾਹਿਬ ਜੀ ਪਾਠ ਨਹੀਂ ਕਰ ਸਕਣਾ, ਮੈਂ ਜਿਹੜਾ ਹੈਗਾ ਨਾ ਜੀ ਗੁਰੂਆਂ ਤੋਂ ਅਰਦਾਸ ਨਹੀਂ ਕਰ ਸਕਣੀ, ਆਸ਼ੀਰਵਾਦ ਨਹੀਂ ਪ੍ਰਾਪਤ ਕਰ ਸਕਣਾ, ਇਸ ਕਰਕੇ ਅਸੀਂ ਆਦਿ ਤੋਂ ਲੈ ਕੇ ਅੰਤ ਤੱਕ, ਇੱਕ ਮਕਾਰ ਤੋਂ ਲੈ ਕੇ 18-10-20 ਤੱਕ ਜਿਹੜਾ ਹੈ ਨਾ ਜੀ, ਅਸੀਂ ਸਾਰਾ ਦਾ ਸਾਰਾ ਜਿਹੜਾ ਹੈ ਨਾ ਜੀ ਪਾਠ ਜਿਹੜਾ ਸਰਵਣ ਕਰ ਲਈਏ। ਉਦੋਂ ਖੰਡ ਪਾਠ ਹੋਇਆ। ਅੱਗੇ ਚੱਲੀਏ ਕਿ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਦੀ ਕੋਈ ਸੰਤ ਹੋਇਆ? ਸਾਡੇ ਦੋ ਸ਼ਬਦ ਸਨ ਸਤਿਕਾਰਯੋਗ ਸ਼ਬਦ। ਪਹਿਲਾ ਸੀਗਾ ਬਾਬਾ, ਅਸੀਂ ਪਹਿਲੀ ਪਾਤਸ਼ਾਹੀ ਨੂੰ ਹੀ ਬਾਬਾ ਨਾਨਕ ਕਹਿੰਦੇ ਹਾਂ। ਬਾਬਾ ਅਜੀਤ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਸਾਰਿਆਂ ਨੂੰ ਬਾਬਾ ਕਹਿੰਦੇ ਹਾਂ। ਮਾਣ ਦਾ ਸ਼ਬਦ ਹੈ, ਕਿਸੇ ਨੂੰ ਸਨਮਾਨ ਦੇਣਾ। ਫਿਰ ਜਿਹੜਾ ਹੈਗਾ ਜੀ, ਜਿਹੜੇ ਸਾਡੇ ਸ਼ਹੀਦ ਨੇ ਉਹਨਾਂ ਸਾਰਿਆਂ ਨੂੰ ਅਸੀਂ ਦੱਸਣਾ ਜੀ ਭਾਈ ਕਹਿੰਦੇ ਹਾਂ। ਭਾਈ ਸਤੀਦਾਸ, ਭਾਈ ਮਤੀਦਾਸ, ਭਾਈ ਸ਼ਬਦ ਜਿਹੜਾ ਨਾ ਜੀ, ਇਹ ਵੀ ਸਤਿਕਾਰਯੋਗ ਸੀ। ਜਿਹੜਾ ਹੁਣ ਅੱਜ ਗੁਰਦੁਆਰੇ ਦਾ ਜਿਹੜਾ ਗ੍ਰੰਥੀ, ਉਹ ਵੀ ਭਾਈ ਕਵਾਉਣ ਨੂੰ ਤਿਆਰ ਨਹੀਂ ਹੈ, ਭਾਈ ਤਾਰੂ ਸਿੰਘ। ਇਸ ਕਰਕੇ ਦੱਸਾਂ ਨਾ ਜੀ, ਜਿਹੜਾ ਹੈਗਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਦੀ ਕਿਸੇ ਗੁਰੂ ਦਾ ਪ੍ਰਕਾਸ਼ ਮਨਾਇਆ ਗਿਆ ਹੋਵੇ, ਕਿਸੇ ਗੁਰੂ ਦਾ ਜੋਤੀ ਜੋਤ ਸਮਾਣਾ ਪਟਾਇਆ ਹੋਵੇ, ਕਿਸੇ ਗੁਰੂ ਦੀ ਸ਼ਹਾਦਤ ਮਨਾਈ ਗਈ ਹੋਵੇ, ਮੈਨੂੰ ਦੱਸ ਦਿਓ। ਕਿਉਂਕਿ ਸਤਿਗੁਰੂ ਕਹਿੰਦੇ ਨੇ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਵੇ, ਉਹ ਅਵਿਨਾਸ਼ੀ ਪੁਰਸ਼ ਹੈ ਸਭ ਮੇਰਿਆ, ਜਿਹੜਾ ਆਉਂਦਾ ਨਹੀਂ ਜਾਂਦਾ ਹੀ ਨਹੀਂ। ਆਪਾਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆਉਂਦਾ ਨਵੰਬਰ 'ਚ, ਗੁਰੂ ਗੋਬਿੰਦ ਸਿੰਘ ਜੀ ਦਾ ਜਨਵਰੀ 'ਚ ਆਉਂਦਾ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ, ਗੁਰੂ ਤੇਗ ਬਹਾਦਰ ਦਾ ਸ਼ਹੀਦੀ ਪੁਰਬ। ਜਿਹੜੀ ਗੱਲ ਪ੍ਰਵਾਹ ਸਾਹਿਬ ਕਹਿ ਰਹੇ ਹਾਂ, ਤੁਸੀਂ ਇਹ ਸਾਬਤ ਕਰ ਲਓ ਵੀ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਤੱਕ ਮਨਾਇਆ ਗਿਆ, ਫਲਾਣੀ ਜਗ੍ਹਾ ਮਨਾਇਆ ਗਿਆ ਸੀ? ਨਹੀਂ ਤੇ ਨਗਰ ਕੀਰਤਨ ਜਿਹੜੇ ਕੱਢਦੇ ਹਾਂ ਅਸੀਂ, ਮੈਂ ਕਹਿੰਦਾ ਪਾਠ ਹੁੰਦੇ ਗੁਰਦੁਆਰੇ ਨਾ ਜੀ, ਮੈਂ ਤੁਹਾਡੇ ਨਾਲ ਇਸ ਬਹਿਸ 'ਚ ਨਹੀਂ ਪੈਂਦਾ। ਨਹੀਂ ਬਹਿਸ ਨਹੀਂ, ਤਰਕ ਨਾਲ ਦੱਸੋ ਤੁਸੀਂ, ਬਹਿਸ ਨਹੀਂ ਹੈ। ਮੈਂ ਕਹਿਣ ਡਿਆ ਜੀ, ਮੈਂ ਜਿਹਦੀ ਗੱਲ ਕਹਿੰਦਾ, ਮੈਂ ਸਾਬਤ ਕਰਦਾ ਵੀ ਨਹੀਂ ਮਨਾਇਆ ਗਿਆ, ਉਹ ਕਰ ਦੇਣ ਵੀ ਮਨਾਇਆ ਗਿਆ, ਗੱਲ ਕੀ ਇਹੀ ਤੇ ਗੱਲ ਹੈਗੀ ਹੈ ਨਾ ਜੀ। ਜਦੋਂ ਮੈਂ ਇੱਕ ਗੱਲ ਕਹਿ ਰਿਹਾ, ਮੈਂ ਇੱਕ ਕੁਐਸਚਨ ਦੇ ਰਿਹਾ। ਅੱਛਾ, ਜਿਹੜਾ 300 ਸਾਲ ਮਨਾਇਆ ਗਿਆ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖ ਧਰਮ ਦੇ ਪੂਰੇ ਹੋਣ ਤੇ, ਆਹ ਵੇਖ ਲਓ ਤੁਸੀਂ ਹੁਣ 300 ਸਾਲ 1999 ਵਿੱਚ ਮਨਾਏ ਗਏ ਸੀ ਜਿਹੜੇ ਬਾਦਲ ਸਾਹਿਬ ਗੁਜਰੇ ਸੀਗੇ। ਹਾਂ, ਲਿਖਿਆ ਹੈ ਕਿ ਜਿਹੜਾ ਮਰ ਗਿਆ ਨਾ ਜੀ, ਉਹਨੂੰ ਮੱਥਾ ਨਹੀਂ ਟੇਕਣਾ। ਸਾਰਿਆਂ ਨੇ ਮੱਥਾ ਟੇਕਿਆ, ਐਸ ਜੀ ਪੀ ਸੀ ਦੇ ਮੈਂਬਰਾਂ ਵੀ ਟੇਕਿਆ, ਹਰਿਆਣਾ ਕਮੇਟੀ ਦੇ ਮੈਂਬਰਾਂ ਨੇ ਵੀ ਟੇਕਿਆ, ਪੰਜਾਬ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਾਲਿਆਂ ਨੇ ਵੀ ਟੇਕਿਆ, ਉੱਥੇ ਹੀ ਤਖਤਾਂ ਦੇ ਜਥੇਦਾਰ ਸੀਗੇ, ਉੱਥੇ ਅਕਾਲੀ ਦਲ ਦੇ ਪ੍ਰਧਾਨ ਸੀਗੇ, ਉੱਥੇ ਹੀ ਜਥੇਦਾਰ ਸੀਗੇ, ਉੱਥੇ ਹੀ ਜਥੇਬੰਦੀਆਂ ਸੀਗੀਆਂ, ਕਿਸੇ ਨੇ ਨਹੀਂ ਰੋਕਿਆ, ਕਿਸੇ ਨੇ ਨਹੀਂ ਰੋਕਿਆ। ਮਰਿਆਦਾ ਨੂੰ ਕੌਣ ਪੁੱਛਦਾ ਹੈ? ਇਹਨਾਂ ਨੂੰ ਕੋਈ ਹੈ ਕਿ ਨਹੀਂ ਮਰਿਆਦਾ? ਯਾਦ ਨਹੀਂ ਬਣਾਉਣੀ? ਅੱਛਾ, ਯਾਦਗਾਰ ਨਹੀਂ ਬਣਾਉਣੀ? ਕੋਈ ਮੈਂ ਉਹ ਨਹੀਂ ਬਣੇਗਾ, ਬੁੱਤ ਨਹੀਂ? ਇਹਨਾਂ ਨੇ ਯਾਦਗਾਰਾਂ ਬਣਾ ਦਿੱਤੀਆਂ ਸਾਰਿਆਂ ਦੀਆਂ। ਮੈਂ ਮਰਿਆਦਾ ਦੀ ਗੱਲ ਕਰ ਰਿਹਾ, ਮੇਰੀ ਵੱਲੋਂ ਬਣਾਈ ਜਾਣ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮਰਿਆਦਾ ਕੀ ਕਹਿੰਦੇ? ਇਹ ਹੋਮੇ ਨੂੰ ਪੱਠੇ ਪਾਉਣ ਵਾਲੀ ਗੱਲ ਹੈ। ਸਰਦਾਰ ਬਾਦਲ ਕਿੰਨੇ ਕੁ ਚੰਗੇ ਸਨ ਤੇ ਕਿੰਨੇ ਕੁ ਮਾੜੇ ਸਨ ਲੋਕਾਂ ਨੂੰ ਪਤਾ ਹੈ, ਲੋਕ ਸਭ ਜਾਣਦੇ ਨੇ। ਬਾਦਲ ਸਾਹਿਬ ਦੇ ਹੱਕ ਵਿੱਚ ਵੀ 100 ਕਿਤਾਬ ਲਿਖੀ ਜਾਂਦੀ, ਬਾਦਲ ਸਾਹਿਬ ਦੇ ਖਿਲਾਫ 500 ਕਿਤਾਬ ਲਿਖੀ ਜਾ ਸਕਦੀ ਆ, ਲੇਕਿਨ ਉਹ ਸਾਰਿਆਂ ਲਈ ਮਹਾਨ ਨਹੀਂ ਹੋ ਸਕਦੇ। ਠੀਕ ਹੈ, ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਉਹੀ ਬਣਾਏਗਾ, ਪੰਥ ਨਹੀਂ ਬਣਾਏਗਾ। ਇਸ ਕਰਕੇ ਦੱਸਾਂ ਮੈਂ ਜੀ, ਉਹਦੇ ਪਰਿਵਾਰ ਜਿਹੜਾ ਕਿਤਾਬਾਂ ਛੁਪਾ ਸਕਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਰਵਾਹ ਸਾਹਿਬ ਆਪਣੀ ਆਤਮ ਕਥਾ ਆਪ ਲਿਖੀ ਆ,
अपनी जीवनी आप लिखी आ जी, इस करके कि जिहड़ा श्रद्धावान है वह कई गल्लां इहो जिहियां लिख के चला जाएगा जिहड़ियां शायद मेरे च ना होण। गुरुआं कोलों सेध लैण दी लोड़ है। अज सिख धर्म जिहड़ा धक्के क्यों खा रहा, अज सिख धर्म जिहड़ा गुलामी क्यों महसूस कर रहा, अज सिख धर्म जिहड़ा क्यों होया की है गुरु नानक देव जी महाराज नाल 52 साल मरदाना रहा, जात दा डूम धर्म दा मुसलमान। अज साडे नाल कोई मुसलमान तुरदा क्यों नहीं? कई जने सभे सांझी वाल सदायन कोई ना दिसे बारा जीओ, ना को बैरी ना ही बगाना सगल संगम को बन जाई, एक पिता एक सके हम बारक जी, किथे आ दिखाओ एक नूर ते सब जग उपजिया कौन भले को मंदे, दिखाओ तू मेरा माता तू मेरा पिता किथे आ। तुहानू पता हाँ कि अज जिहड़ा पंडित कोई पंडित साडे नाल हैगा गुरु तेग बहादुर महाराज ने दिल्ली दे विच जिहड़े शहीद होए ने, जिहड़े उबाले गए ने, जिहड़े चीरे गए ने, उह तिन्ने दे तिन्ने पंडित सीगे। गुरु साहब कहिंदे ब्राह्मण सोजो ब्रह्म विचारे, ब्राह्मण दे घर पैदा होया ब्राह्मण नहीं है, सिख दे घर पैदा होया सिख नहीं है जी। इस करके दसना जी ये मर्यादा नूं ना लागू होण देणगे। कौन काल तख जिम्मेवार मनदे हो मर्यादा लागू नहीं हो रही है, लोग किथे ने जिन्हां सिर ते जिम्मेवारी है? काल तख दे कोल ताकत ही नहीं है। क्यों सर्वोच्चा ता इधर सुनो, वो तो जिहड़े साडे पंज तखत साहिबान ने उस तों वी उपर। मैं कहिंदा जी इधर सुनो ना सही, तुसीं मेरी गल सुनो। हां सरकार दे कोल ताकत है, असैंबली विच एक कानून बनदा है, ठीक है जी, बिल्कुल ठीक, उहनूं लागू करन लई पुलिस है, जिहड़ा वह कानून की वग्या करदा जदे हथ कड़ी कानून है उहदे लई, ठीक है जी। हाँ फिर उहनूं इंसाफ देने लई जज है, फिर उहनूं सजा देने लई भाई साहब जेलां ने, अकाल तख्त को की आ लाउंदा किसे नूं हथ कड़ी? ਸਰਵਉੱਚ ਅਸੀਂ ਕਿਸ ਲਿਹਾਜ ਨਾਲ ਕਹਿੰਦੇ ਹਾਂ ਹੈਗਾ ਜੀ, ਸਰਵਉੱਚ ਕਿਸ ਲਿਹਾਜ ਨਾਲ ਕਹਿੰਦੇ ਹਾਂ? ਜਦੋਂ ਤੱਕ ਜਥੇਦਾਰ ਦਾ ਤੇ ਅਕਾਲ ਤਖਤ ਸਾਹਿਬ ਦਾ ਜਾਂ ਬਾਕੀ ਤਖਤ ਸਾਹਿਬਾਨ ਦਾ ਜਿਹੜਾ ਸਤਿਕਾਰ ਤਖਤਾਂ ਦਾ ਹੈਗਾ ਉਹ ਜਥੇਦਾਰਾਂ ਦਾ ਲੋਕਾਂ ਦੇ ਮਨਾਂ ਦੇ ਵਿੱਚ ਨਹੀਂ ਹੋਏਗਾ, ਜਦੋਂ ਜਥੇਦਾਰ ਭਾਈ ਸਾਹਿਬ ਜੀ ਧਿਰ ਬਣ ਕੇ ਨਹੀਂ ਗੁਜ਼ਰੇਗਾ, ਜਦੋਂ ਸਿੱਖ ਜਥੇਦਾਰ ਜਿਹੜਾ ਹੈਗਾ ਨਾ ਜੀ ਗਲਤ ਨੂੰ ਗਲਤ ਅਤੇ ਠੀਕ ਨੂੰ ਠੀਕ ਕਹਿਣ ਦੀ ਜਿਹੜੀ ਜ਼ੁਰਤ ਕਰ ਸਕੇਗਾ, ਜਿਹੜਾ ਗਲਤ ਹੈਗਾ ਉਹ ਜਿਸ ਮਰਜ਼ੀ ਵੱਡੇ ਉਹਦੇ 'ਤੇ ਆ ਉਹਨੂੰ ਨੀਵੀਂ ਜਗ੍ਹਾ ਬਿਠਾਉਣ ਦੀ ਭਾਈ ਸਾਹਿਬ ਜੀ ਉਹ 'ਚ ਤਾਕਤ ਹੋਵੇਗੀ। ਜੇ ਦਰਸ਼ਨ ਸਿੰਘ ਆਪਣਾ ਡਾਕਟਰ ਦਰਸ਼ਨ ਸਿੰਘ ਜੀ ਬਰਨਾਲਾ ਸਾਹਿਬ ਨੂੰ ਭਾਈ ਸਾਹਿਬ ਜੀ ਤਖ਼ਤ 'ਤੇ ਪਾ ਕੇ ਬੰਨ ਸਕਦੇ ਆ, ਅਤੇ ਭਾਈ ਸਾਹਿਬ ਜੀ ਇਹ ਜਥੇਦਾਰ ਨੂੰ ਕੀ ਸੀਗਾ, ਇਹਨੇ ਕਿਉਂ ਨਹੀਂ ਕੁਛ ਕਿਹਾ? ਗੁਰਬਚਨ ਸਿੰਘ ਨੂੰ ਕੀ ਲੋੜ ਸੀਗੀ ਭਾਈ ਸਾਹਿਬ ਜੀ ਕਿ ਉਹ ਜਾ ਇਹਨਾਂ ਦੇ ਘਰ ਜਾ ਕੇ ਚੀਮੇ ਵਰਗੇ ਕੋਲੋਂ ਹਾਂਜੀ ਡਿਕਟੇਸ਼ਨ ਲੈਣ, ਦਲਜੀਤ ਸਿੰਘ ਚੀਮੇ ਕੋਲੋਂ? ਹਾਂਜੀ ਠੀਕ ਹੈ, ਕਿਉਂ ਨਹੀਂ ਅਕਾਲੀ ਫੂਲਾ ਸਿੰਘ ਬਣੇ, ਕਿਉਂ ਨਹੀਂ ਡਾਕਟਰ ਦਰਸ਼ਨ ਸਿੰਘ ਬਣੇ? ਕਹਿੰਦੇ ਨਹੀਂ ਆਉਂਦੇ ਅਸੀਂ, ਤੂੰ ਜੋ ਕਰਨਾ ਕਰ ਲਾ। ਉਹਨਾਂ ਨੂੰ ਪਤਾ ਸੀ ਸਵੇਰੇ ਹਟਕਾ ਦੇਣਗੇ, ਮਤਲਬ ਅਕਾਲ ਤਖ਼ਤ ਸਿੱਖ ਧਰਮ ਦਾ ਕੀ ਕਹਿੰਦੇ ਹੋ? ਜਥੇਦਾਰ ਜਿਹੜੇ ਅੱਜ ਕੱਲ੍ਹ ਨੇ ਜਾਂ ਪਹਿਲਾਂ ਵੀ ਰਹੇ ਨੌਕਰੀ ਕਰ ਰਹੇ ਨੇ, ਦਿਹਾੜੀ ਕਰ ਰਹੇ ਨੇ? ਗੱਲ ਇਹ ਹੈਗੀ ਆ ਜੀ ਕਿ ਜਿਹੜਾ ਧਰਮ ਹੈ ਨਾ ਜੀ ਉਹ ਵਿਸਤਾਰ ਆ ਸਿੱਖ ਦੀ, ਜਿਹੜੀ ਰਾਜਨੀਤੀ ਉਹ ਜੁੱਤੀ ਆ ਪੈਰ ਦੀ। ਅੱਜ ਸਿੱਖ ਨੇ ਕੀ ਕੀਤਾ? ਜੁੱਤੀ ਸਿਰ 'ਤੇ ਰੱਖ ਲਈ ਅਤੇ ਪੱਗ ਪੈਰਾਂ 'ਚ ਦੇ ਦਿੱਤੀ ਆ, ਦਿੱਤੀ ਆ ਨਾ ਪੈਰਾਂ ਜਾ ਕੇ ਜਦੋਂ ਘਰ ਆਏ ਸੀ ਐਮ ਦੇ, ਦਿੱਤੀ ਕਿ ਨਹੀਂ ਦਿੱਤੀ? 90 ਲੱਖ ਰੁਪਈਆ ਸਾਧ ਨੂੰ ਮਾਫ਼ ਕਰਨ ਵਾਸਤੇ ਭਾਈ ਸਾਹਿਬ ਜੀ ਅਖਬਾਰਾਂ ਨੂੰ ਅਤੇ ਚੈਨਲਾਂ ਨੂੰ ਦੇ ਦਿੱਤਾ। ਬਾਦਲ ਪਰਿਵਾਰ ਵਾਪਸ ਕਰੇਗਾ 90 ਲੱਖ ਰੁਪਈਆ? ਉਹ ਗੁਰਬਚਨ ਸਿੰਘ ਅਤੇ ਬਾਕੀ ਦੇ ਜਿਹੜੇ ਜਥੇਦਾਰ ਉਹ ਵਾਪਸ ਕਰਨਗੇ 90 ਲੱਖ ਰੁਪਈਆ ਕੌਮ ਦਾ? ਠੀਕ ਹੈ, ਉਹਨਾਂ ਦਾ ਨਹੀਂ ਹੈ, ਉਹਨਾਂ ਦੇ ਪਰਿਵਾਰ ਦਾ ਨਹੀਂ ਹੈ, ਉਹਨਾਂ ਦੇ ਚੈਨਲਾਂ ਦਾ ਨਹੀਂ ਹੈ, ਉਹਨਾਂ ਦੀਆਂ ਬੱਸਾਂ ਦਾ ਨਹੀਂ ਹੈ, ਉਹਨਾਂ ਦੇ ਹੋਟਲਾਂ ਦਾ ਨਹੀਂ ਹੈ। ਪੰਥ ਦਾ ਪੈਸਾ ਉਹ ਪੈਸਾ ਜਿਹਦੇ 'ਚ ਬੰਗਾਲੀ ਦਾ ਹੱਕ ਹੈ, ਜਿਹਦੇ 'ਚ ਮਦਰਾਸੀ ਦਾ ਹੱਕ ਹੈ,
सारे आ के हरिमंदर साहब के बाकी गुरुद्वारा साहब मत्था टेकते हैं, कला सिख नहीं। इन्हों की राइट है भाई साहब जी वो पैसे खर्च कर योजी जगह के उत्ते दसन जवाब देन। लेकिन मरवाह साहब कौन कहे राणी अग्गा टक बड़े माण ना कहिंदे ने कि जिहदे जिस प्रधान कोल जिस अकाली दल को SGPC है ना जी उही असली अकाली दल है। जे मास्टर तारा सिंह को सी ते वह बन गया तो जे हुण बादल कोल हैगी आ ते बादल बन गया असली अकाली दल। असली अकाली दल बादल कि तरह है इन्होंने मोगे की रैली के भोग पाता सीगा जरा 1920 का हैगा वा अकाली दल उन्होंने भोग पाता ये पंजाबी पार्टी बन गई। इस करके दसा जो कंस्टीट्यूशन जो एवं कही जाते हैं ये कंस्टीट्यूशन नवा बना चाहिए 1920 जो कंस्टीट्यूशन तुम मरवाह साहब तू पता लगना दसना चाहना कि उस अकाली दल जो 1920 जो संविधान है वो सिर्फ दो वाइस प्रधान है। ठीक है अज एक जिले के बच्चे ना जी सेंट्रल लीडरशिप के जड़े ना जी भी वाइस प्रधान ने वो भी ठीक है। बार बार गल आ रही है रहत मर्यादा लागू कराना अकाल तखत की जिम्मेवारी है। अकाल तखत की नहीं जी हर सिख की जिम्मेवारी है। हर सिख का फर्ज है कि अकाल तख्त को तकड़ा करे। हाँ। हर सिख का फर्ज है कि अकाल तख्त के जिहड़ियां भाई साहब जी गलत जिहड़ियां गलत शक्तियां काम कर रही ने जिन्हां ने उत्ते दबाव बनाया होया है जिहड़ा भाई साहब जी उहदे कोल गलत काम कराउण वास्ते उहनूं उसकाउंदे ने। मैं कहना भी सिख तां उत्थे जाके सिर झुका लैंदा है। इह जिहड़े पहरेदार ने जां हुकमरान ने इहनां नूं नत्थ पाउणा कोई नहीं। हर सिख जदों खड़ा होवेगा ना जी ते अकाल तख्त दा जहेदार जिहड़ा उहनूं वी ताकत मिलेगी। अकाल तख्त दे जहेदार नूं भाई साहब जी अपॉइंट करन दा उहदी सर्विस दा उहदा भाई साहब जी उहनूं हटाउण दा सारा सिस्टम होना चाहिए ते सिस्टम ही कोई नहीं है। मरवाह साहब आ जाओ तुसीं अकाल तख्त दे जहेदार आ जाओ जी सारियां संस्था दिओ पग्गा दिओ जी पग्गा। इस करके दसा जी जदों तक हर सिख अवेयर नहीं होगा धर्म बारे इतिहास बारे सिखी बारे गुरु साहबान बारे गुरु साहबान के जीवन बारे गुरु ग्रंथ साहब बारे। तुसीं सुखबीर सिंह बादल नूं बोलदियां सुनिया होना कदी उन्हें गुरबाणी कोट की किसी जगह से उन्हें पता ही नहीं। उन्हें पूछ लियो भी भाई साहब जी गुरु ग्रंथ साहब महाराज दे अगने च दस दिओ मैनूं फड़ लियो जिहड़ी पहली इलेक्शन जीती है अपना गिदड़वाहे तो साहब बेअंत सिंह जिउंदिया सेम हुंदिया उदों ने आनंदपुर साहब जाके अमृत छकिया कि नहीं हुण दाड़ी भी है नहीं। ये लोग बहरूपीए ने मतलब इन्होंने नौन सिख ने पग दे विच सिर दिता होया है सिखी इन्होंने कोल नहीं है। सिख होना बहुत वड्डी गल है। इस करके दसा ना जी सिख जिहड़ा हैगा उन्हें तीन काम जरूर करने ने किरत करनी है नाम जपना दे वंड के छकना है। तीन काम उन्हें करने ही नहीं सिख कोलों जान खतरा नहीं हो सकता। ठीक है सिख कोलों भाई साहब जी जिहड़ा इज्जत नूं खतरा नहीं हो सकता सिख कोलों सिख कोलों धर्म नूं खतरा नहीं हो सकता। मैं अपने आप नूं पुछा मैं ते इहदे चाहुंदा नहीं। अच्छा बाकी मैनूं किसे दा पता नहीं। नहीं हुण की कहने हो पग्गां वाले जिहड़े पग्गां वालिआं तों ही पंथ नूं या खतरा है बहुत सारिआं ने जी पग्गां दे विच सिर दित्ते ने। अच्छा पग का सत्कार है पग सानू शहीदियों चो मिली है पग अही भाई साहब जी धौना दे के लई है। पग का बहुत वड्डा इतिहास है। मैं जो छोटा सी ना जी जो असं घरों किसी काम में निकलते सी ना जी कोई भी वड्डा छोटा जे नंगे सिर अगों मिल जाए बंदा तो कहते ही काम नहीं होना। जेड़े मेरे उम्र के ना जी उन्होंने जो मर्जी पूछ लो गल
कोई आदमी नंगे सिर नहीं हुंदा। नंगा सिर अज भी साढ़े माझे विच जदों साडी कोई धी भैण विधवा हो जाती है ना जी, तो उहदे जिहड़े पेके उहदे सिर तों चुन्नी ला दिंदे आ। इस करके दसा जी जिहड़ा मरवाहा साहब यह हैगा रहत मर्यादा जिहड़ी हैगी आ इहदा किस कोई मतलब साडे को इहो जिहा नहीं हैगा टकसाल जां इहो जिही गल्लबात, इहो जिहे प्रचारक जिन्हां नूं दसा ना जी इकट्ठिया करके रहत मर्यादा बारे जिहड़ी हैगी ना जी गल्लबात समझाउणी चाहीदी आ, उह संगतां दे विच इहनां इहनां गल्लां दे विच अवेयर करन लोगों नूं दसण जी। जदों फ्रिज टी वी जां होर लेके जांदे ने उहनां नूं दसण भाई इह ते आ इन्नी कु गल हैगी आ तुसीं ते इह की कर रहे जे, व्यापार ना करो विहार करो। अज इत्थे सिखां दे विच व्यापार हो रहा विहार नहीं हो रहा। मर्यादा जिहड़ी हैगी आ उह सिख दी इक जीवन जाच है और इहनूं दसण जी लागू करना सिक्खी दा सब तो वड्डा जिहड़ा ना जी चुनौती है। ओ हाँ जी चैलेंज है। चंगा सो रियाड़ साहब नाल साडी गलबात चल रही सी रहत मर्यादा है की, कुछ बेसिक जे मुद्दियां नूं असीं छूया रहत मर्यादा च कि जे किसे सिख मुंडा कुड़ी दियां लावां हुंदियां ने तां अमृत वेले तड़के 5 बजे तों पहलां होणियां चाहीदियां ने, जेकर कोई सिख धर्म दे विच स्वर्ग सुधार जे उहनूं मत्थे नहीं टेकने चाहिए, तो अज की डेट च अज के समय कोई सुधारदा है तो लाइना लग जांदियां ने कि जी अंतम दर्शन कर लो मत्थे टेक लो। दहेज दे विच कोई कारां स्कूटरां गड्डियां नहीं देनिया, गुड़ छुआरे ते एक रुपया देना है। क्यों आपां इन्ने वड्डे वड्डे पद्धर ते लंगर ला के भी घट गिणती दे विच मनोरिटी विच बैठे हाँ, अकाल तखत दे मोढ़ियां ते जिम्मेवारी हैगी है, पर अकाल तखत दे भी जिहड़े आपां कहीए मुख अहुदेदार ने हेठां तों उपर तक शायद उह तनखाहां ही लै रहे आ, दिहाड़े ही कर रहे आ, नौकरियां ही कर रहे आ, मर्यादा नूं लागू करवाउण लई जेरा उहनां दे विच भी नहीं हैगा। किते ना किते फिर कमी साडे अपनिआं दे विच हैगी है। जे आपां कहिंदे आ पंथ दी साडे कौम दी धर्म दी चढ़दी कला रवे तां जरूर सानू अजिहियां गल्लां वल ध्यान देण दी लोड़ है। सो होर नवीआं ते ताज़ियां अपडेट लई जुड़े रहो साडे नाल। हुण दिओ बलजीत मरवाहा नूं इजाजत, शुक्रिया।